ਮੋਟਾ ਮੋਟਾ ਬਜਟ ਦੱਸ ਦਈਏ, ਟਾਇਰ ਲੋਏ ਨੂੰ ਛੱਡ ਕੇ ਤੇ ਇਹਦੇ ਤੇ ਕੋਈ 3.5 ਲੱਖ ਦੇ ਏਡ ਗੇਡ ਲੱਗਿਆ ਹੋਊਗਾ, ਠੀਕ ਹੈ, ਉਹਦੇ ਤੇ ਕੋਈ 3.5 ਲੱਖ ਲੱਗਿਆ ਹੋਊਗਾ, ਇੱਕ ਆਈਡੀਆ ਪ੍ਰਾਈਜ਼ ਨੇ। ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਆ ਸਾਰੇ ਵਧੀਆ ਹੋਵੋਗੇ। ਮੈਂ ਅੱਜ ਫਿਰ ਪਹੁੰਚਿਆ ਹੋਇਆ ਹੁਸ਼ਿਆਰਪੁਰ ਅਤੇ ਮੈਂ ਹੈਗਾ ਦਿਆਕਰਮ, ਤੁਸੀਂ ਦੇਖ ਰਹੇ ਹੋ ਦਿਆਕਰਮ ਵਲੌਗਸ, ਜਿਹਦੇ ਉੱਤੇ ਕਿ ਬਹੁਤ ਸਾਰੇ ਅਸੀਂ ਆਟੋਮੋਬਾਈਲ ਦੇ ਅਪਡੇਟ ਤੁਹਾਨੂੰ ਦਿੰਦੇ ਰਹਿੰਦੇ ਹਾਂ ਕਿ ਨਵਾਂ ਮਾਰਕੀਟ 'ਚ ਕੀ ਆਇਆ ਹੋਇਆ। ਬਾਈ ਵੈਲਕਮ ਅਗੇਨ ਆਫਟਰ ਸੋ ਲੌਂਗ ਟਾਈਮ, ਠੀਕ ਹੈ, ਅਤੇ ਕਿਉਂਕਿ ਬਾਈ ਥੋੜ੍ਹਾ ਬਿਜ਼ੀ ਸੀਗਾ ਅਤੇ ਧੁੰਦਾਂ ਵੀ ਕਾਫੀ ਸੀ, ਅਸੀਂ ਕੰਟੈਂਟ ਘੱਟ ਪੋਸਟ ਕੀਤਾ। ਅਤੇ ਫਿਲਹਾਲ ਬਾਈ ਮੈਂ ਖੜ੍ਹਾ ਹੈਗਾ ਵਾਂ ਪਹਿਲ ਮੋਟਰਸ ਹੁਸ਼ਿਆਰਪੁਰ, ਇਹ ਟਾਂਡਾ ਰੋਡ ਹੈਗਾ ਨੀਅਰ ਬੱਸ ਸਟੈਂਡ। ਅਤੇ ਬਾਈ ਕੀ ਨਵਾਂ ਲੈ ਕੇ ਆਏ ਹਾਂ ਅੱਜ ਆਪਣੇ ਵਿਊਵਰਸ ਵਾਸਤੇ? ਆਪਾਂ ਅੱਜ ਅਸੀਂ ਫੁੱਲ ਮੋਡੀਫਿਕੇਸ਼ਨ ਥਾਰ ਦੀ ਥੋੜ੍ਹੀ ਐਕਸਟਰਾ ਲੈਵਲ 'ਤੇ ਲੈ ਕੇ ਆਏ ਹਾਂ, ਠੀਕ ਹੈ, ਜਿਹਦੇ ਵਿੱਚ ਸਾਰੇ ਕਨਸੈਪਟ ਅਲੱਗ ਅਲੱਗ ਡਿਫਰੈਂਟ ਆ ਕਸਟਮਰ ਦੇ ਹਰ ਇੱਕ ਬਜਟ ਦੇ ਹਿਸਾਬ ਦੇ ਨਾਲ। ਇਹਦੇ ਵਿੱਚ ਅੱਜ ਖਾਸ ਗੱਲ ਇੱਕ ਇਹ ਹੈਗੀ ਹੈ ਕਿ ਅੱਜ ਤੁਹਾਨੂੰ ਅਸੀਂ ਬਹੁਤ ਸਾਰੇ ਵਿਊਵਰਸ ਮੇਰੇ ਇਹ ਕਹਿੰਦੇ ਸੀ ਕਿ ਬਾਈ ਉਹਨਾਂ ਕੋਲ ਸਮਾਨ ਘੱਟ ਅਵੇਲੇਬਲ ਹੁੰਦਾ ਹੈ, ਹੈ ਨਾ, ਇੱਦਾਂ ਕੁਛ ਨਹੀਂ ਹੁੰਦਾ, ਛੋਟੀ ਦੁਕਾਨ ਵੇਖ ਕੇ ਇਹ ਨਾ ਕਿਆ ਕਰੋ ਵੀ ਉਹਨਾਂ ਕੋਲ ਹੈ ਕੁਛ ਨਹੀਂ, ਹੈਗਾ ਬਹੁਤ ਕੁਛ ਹੈ ਕਿਉਂਕਿ ਲਾਗੇ ਬੰਨੇ ਗਡਾਊਨ ਵੀ ਰੱਖੇ ਹੁੰਦੇ ਆ। ਅੱਜ ਸਿਰਫ ਤੁਹਾਨੂੰ ਡਿਸਪਲੇ ਕਰਾਂਗੇ ਅਸੀਂ ਜਿਹੜੀ ਸਾਡੇ ਕੋਲ ਹੈਗੀ 4 ਥਾਰਾਂ, ਠੀਕ ਹੈ, ਜਿਹਦੇ ਵਿੱਚ ਕਿ ਵੱਖਰੀ ਵੱਖਰੀ ਅਸੈਸਰੀ ਲੱਗੀ ਹੋਈ ਹੈ। ਅਤੇ ਬਾਈ ਦਾ ਮੇਜਰ ਕੰਮ ਹੈਗਾ ਮੋਡੀਫਿਕੇਸ਼ਨ ਦਾ ਅਤੇ ਅਸੈਸਰੀ ਦਾ ਹੀ, ਹਾਂ ਲਾਈਕ ਪੇਂਟ ਜੋਬ ਵਗੈਰਾ ਕਰਦੇ ਨਹੀਂ ਪਰ ਕਰਵਾ ਦਿੰਦੇ ਆ, ਅਤੇ ਅਲੋਏ ਵੀਲਸ ਵਗੈਰਾ ਪਾਉਂਦੇ ਨਹੀਂ ਪਰ ਪਵਾ ਦਿੰਦੇ ਆ, ਠੀਕ ਹੈ, ਇਸ ਕਰਕੇ ਤੁਸੀਂ ਗੱਲ ਕਰ ਸਕਦੇ ਹੋ। ਅਤੇ ਜਿਹੜੇ ਬੰਦੇ ਆ ਲਾਗੇ ਬੰਨੇ ਵਾਲੇ ਏਰੀਆ ਵਾਲੇ ਉਹ ਇੱਥੇ ਹੁਸ਼ਿਆਰਪੁਰ ਆ ਸਕਦੇ ਆ ਕਾਲ ਕਰਕੇ, ਅਤੇ ਵਲੌਗ ਧਿਆਨ ਨਾਲ ਵੇਖ ਲਿਓ, ਬਾਕੀ ਅਸੀਂ ਰੀਲਸ ਵੀ ਅਪਲੋਡ ਕਰਾਂਗੇ ਸ਼ਾਰਟਸ ਦੇ ਨਾਲ, ਤੁਸੀਂ ਉਹ ਦੇਖ ਲਿਓ। ਫਿਲਹਾਲ ਆਪਾਂ ਕਰਦੇ ਹਾਂ ਸ਼ੁਰੂ ਵਿਦ ਪ੍ਰਾਈਜ਼ ਦੱਸਾਂਗੇ, ਅਤੇ ਕਿਸੇ ਦੀ ਇਨਕੁਆਇਰੀ ਹੋਵੇ ਕਾਲ ਵੀ ਕਰ ਸਕਦਾ। ਅਤੇ ਆਪਾਂ ਬਾਈ ਫਿਰ ਇੱਥੋਂ ਸ਼ੁਰੂ ਕਰੀਏ, ਇੱਥੋਂ ਸ਼ੁਰੂ ਕਰ, ਠੀਕ ਆ ਜਾਓ। ਅਤੇ ਫਿਲਹਾਲ ਤਾਂ ਬਾਈ ਜਿਹੜੀ ਆਹ ਗੱਲ ਦੇਖਣ ਵਾਲੀ ਹੈ ਫੁੱਲੀ ਮੋਡੀਫਾਈਡ ਥਾਰ ਆ, ਵੈਸੇ ਬਾਈ ਨੇ ਆਪਣੇ ਸ਼ੌਂਕ ਨਾਲ ਤਿਆਰ ਕਰਾਈ ਹੈ, ਹੁਸ਼ਿਆਰਪੁਰ ਦਾ ਹੀ ਬਾਈ ਹੈ ਨਾ, ਹੁਸ਼ਿਆਰਪੁਰ ਬੇਸਿਕਲੀ, ਮੈਨੂੰ ਪਤਾ ਲੱਗਾ ਵੀ 3 ਥਾਰਾਂ ਉਹਨਾਂ ਦੀ ਆਪਦੀਆਂ ਨੇ ਸਰਕਲ ਦੀਆਂ। ਹਾਂਜੀ ਸਰਕਲ ਜੀ, ਸਰਕਲ ਜੀ ਨੇ, ਕਿਉਂਕਿ ਫਰੈਂਡ ਸਰਕਲ ਦੀਆਂ ਗੱਡੀਆਂ ਕਿਉਂਕਿ ਇਹ ਚੀਜ਼ ਹੀ ਜਿਹੜੀ ਇੱਦਾਂ ਦੀ ਹੈ ਵੀ ਜਿਹੜੀ ਲਾਈਕ ਤੁਸੀਂ ਸ਼ੌਂਕ ਨਾਲ ਲੈਂਦੇ ਹੋ ਤਾਂ ਸ਼ੌਂਕ ਨਾਲ ਤਿਆਰ ਕਰਦੇ ਹਾਂ, ਹੈ ਨਾ, ਪੈਂਦੇ ਆ। ਪਹਿਲੀ ਤਾਂ ਗੱਲ ਇੱਕ ਇਹ ਕਲੀਅਰ ਕੀਤੀ ਜਾਵੇ ਵੀ ਇਹਦੇ 'ਤੇ ਕਿੰਨੇ ਦੀ ਮੋਡੀਫਿਕੇਸ਼ਨ ਹੋਈ ਹੈ? ਇਹਦੇ 'ਤੇ ਜੀ 3 ਕੁ ਲੱਖ ਦੇ ਕਰੀਬ, ਵੈਸੇ 3 ਲੱਖ ਤੋਂ ਥੱਲੇ ਥੱਲੇ 1.5-3 ਲੱਖ ਦੀ ਮੋਡੀਫਿਕੇਸ਼ਨ ਵਿਦਆਊਟ ਅਲੋਏ ਵੀਲਸ, ਵਿਦਆਊਟ ਅਲੋਏ ਵੀਲਸ, ਹਾਂ ਠੀਕ ਹੈ। ਹੁਣ ਬਾਈ ਗੱਲ ਕੀਤੀ ਆ ਵੀ ਅੱਜ ਤੁਹਾਨੂੰ ਵੱਖਰਾ ਹੀ ਕੁਝ ਦਿਖਾਉਂਦੇ ਆ, ਵੈਸੇ ਤਾਂ ਬਹੁਤ ਸਾਰੇ ਬ੍ਰਾਂਡਸ ਦੇ ਜਿਹੜੇ ਕਿ ਬੰਪਰ ਅਵੇਲੇਬਲ ਨੇ, ਹੈ ਨਾ, ਤੁਸੀਂ ਇਹਨੂੰ ਅੱਗਿਓਂ ਦੇਖ ਸਕਦੇ ਆ ਪ੍ਰੋਪਰ ਸਾਰੀ ਸਾਰੀ ਲੁੱਕ ਦੇਖ ਸਕਦੇ ਆ। ਇਹਦੇ ਵਿੱਚ ਬਾਈ ਤੁਸੀਂ ਹੁਣ ਕੀ ਨਾਲ ਆਉਂਦਾ ਅਤੇ ਕੀ ਐਕਸਟਰਾ ਲਾਇਆ ਹੋਇਆ ਇਹਦੇ ਵਿੱਚ ਜੀ? ਜਿਹੜਾ ਪ੍ਰੋਮੈਨ ਦਾ ਬੰਪਰ ਹੈਗਾ ਆ ਇਹਦੇ ਵਿੱਚ ਸਾਰਾ ਕੁਛ ਹੀ ਨਾਲ ਆਉਂਦਾ ਆ, ਤੁਹਾਡੀ ਬੁਲਬਾਰ ਨਾਲ ਆਉਂਦੀ ਆ, ਵਿੰਚ ਦੀ ਆਪਸ਼ਨ ਨਾਲ ਆਉਂਦੀ ਆ, ਫਿਰ ਇਹਦੇ ਵਿੱਚ ਰੇਡੀਏਟਰ ਪਲੇਟ ਜਿਹੜੀ ਕਿ ਸਭ ਤੋਂ ਮਹਿੰਗੀ ਹੈ ਜਦੋਂ ਆਪਾਂ ਬੰਪਰ ਦਾ ਤਾਂ ਰੇਟ ਕਾਊਂਟ ਕਰ ਲੈਂਦੇ ਹਾਂ, ਬਟ ਕਿਸੇ ਵੀ ਬੰਪਰ ਦੇ ਨਾਲ ਰੇਡੀਏਟਰ ਪਲੇਟ ਨਹੀਂ ਆਉਂਦੀ, ਸਿਰਫ ਇੱਕ ਪ੍ਰੋਮੈਨ ਦਾ ਬੰਪਰ ਹੈ ਜਿਹਦੇ ਨਾਲ ਰੇਡੀਏਟਰ ਪਲੇਟ ਆਉਂਦੀ ਹੈ। ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਬਹੁਤ ਸਾਰੇ ਵਿਊਜ਼ ਨੇ ਪਤਾ ਵਾ ਇਹ ਰੇਡੀਏਟਰ ਪਲੇਟ ਹੁੰਦੀ ਆ ਬਾਈ, ਥੱਲੇ ਤੁਸੀਂ ਥੱਲਿਓਂ ਦੇਖ ਸਕਦੇ ਹੋ ਇਹਨੂੰ ਰੇਡੀਏਟਰ ਪਲੇਟ ਕਹਿੰਦੇ ਆ, ਠੀਕ ਹੈ, ਅਤੇ ਇਹ ਵੈਸੇ ਐਕਸਟਰਾ ਲਵਾਉਂਦੇ ਆ ਸਾਰੇ ਜਣੇ, ਇਹ ਸਾਰੇ ਐਕਸਟਰਾ ਲਾਉਂਦੇ ਆ। ਔਰ ਜੇ ਅੱਛੇ ਬ੍ਰਾਂਡ ਦੇ ਵਿੱਚ ਜਿੱਦਾਂ ਆਪਾਂ ਪਰਾੜ ਦੀ ਗੱਲ ਕਰ ਲਈਏ ਜਾਂ ਬੁਲਹੋਨ ਦੀ ਗੱਲ ਕਰ ਲਈਏ, ਬੁਲਹੋਨ ਦੀ ਜਿਹੜੀ ਹੈਗੀ ਆ 5-5.5 ਹਜ਼ਾਰ ਦੇ ਵਿੱਚ ਅਵੇਲੇਬਲ ਹੋ ਜਾਂਦੀ ਹੈ, ਪਰਾੜ ਦੀ ਜਿਹੜੀ ਉਸ ਤੋਂ ਵੀ ਹੈਵੀ ਹੁੰਦੀ ਹੈ 7500 ਰੁਪਏ ਦੇ ਵਿੱਚ ਅਵੇਲੇਬਲ ਹੁੰਦੀ ਹੈ। ਪਰ ਇੱਕ ਗੱਲ ਇੱਥੇ ਪੈਂਦੇ ਆ, ਮੈਨੂੰ ਕਲੀਅਰ ਕਰਿਓ ਇਹ ਬੰਪਰ ਕਿੰਨੇ ਕੁ ਦਾ ਅੰਦਾਜ਼ਾ? ਇਹ ਬੰਪਰ ਜੀ ਜਿਹੜਾ ਪ੍ਰੋਮੈਨ ਦਾ ਪ੍ਰੋਪਰ ਓਰਿਜਨਲ ਫਿਟਿੰਗ ਦੇ ਵਿੱਚ ਬੰਪਰ ਆਉਣਾ ਆ ਉਹ ਆਉਣਾ ਆ 36-37 ਹਜ਼ਾਰ ਦੇ ਵਿੱਚ। ਤੇ ਜੇ ਆਪਾਂ ਇਹੋ ਹੀ ਮੰਨ ਲਓ ਬੁਲਹੋਨ ਦਾ ਲੈਂਦੇ ਹਾਂ ਤਾਂ ਫਿਰ ਬੁਲਹੋਨ ਦਾ ਬੰਪਰ ਜੀ 22 ਹਜ਼ਾਰ ਰੁਪਏ ਦਾ ਬੰਪਰ ਹੈ, ਫਰਕ ਆ ਗਿਆ, ਫਰਕ ਆ ਗਿਆ। ਜਿਹੜਾ ਬੈਸਟ ਤੇ ਵਧੀਆ ਜਿਹੜਾ ਆਲਮੋਸਟ ਕਹਿ ਸਕਦੇ ਜਿਹੜਾ ਕਿ ਹਰੇਕ ਦੇ ਬਜਟ ਨੂੰ ਸੂਟ ਕਰਦਾ ਵੈਸੇ ਉਹ ਬੁਲਹੋਨ ਹੈ। ਬੁਲਹੋਨ ਹੈ, ਬੁਲਹੋਨ ਦੇ ਵਿੱਚ ਵੀ ਕਾਪੀ ਬਹੁਤ ਆ ਗਈ ਹੈ ਸਰ, ਕਾਪੀ ਆ ਗਈ, ਕਾਪੀ ਬਹੁਤ ਜ਼ਿਆਦਾ ਆ ਗਈ ਆ। ਹਰ ਬੰਦਾ ਜਿਹੜਾ ਹੈਗਾ ਜਿਹੜਾ ਬੁਲਹੋਨ ਦਾ ਰੇਟ ਕਨਫਰਮ ਕਰਦਾ ਉਹਨੂੰ ਬੁਲਹੋਨ ਦਾ ਹੀ ਰੇਟ ਦੇਵਾਂਗੇ, ਕਿਉਂਕਿ ਮੈਂ ਕਿਸੇ ਵੀ ਬੰਪਰ ਦੀ ਕਾਪੀ ਨਹੀਂ ਰੱਖਦਾ, ਕਾਪੀ ਪ੍ਰੋਮੈਨ ਦੀ ਵੀ ਆ ਗਈ ਆ ਉੱਥੇ, ਇੱਥੇ ਐਡਵੈਂਚਰ ਲਿਖਿਆ ਹੁੰਦਾ ਆ, ਆਫ ਰੋਡ ਲਿਖਿਆ ਹੁੰਦਾ, ਓਰਿਜਨਲ ਬੰਪਰਸ ਨਹੀਂ ਹੈਗੇ।
ਕਿਉਂਕਿ ਤੁਸੀਂ ਆ ਪੇਂਟ ਦੇ ਸਟੱਫ ਦੀ ਕੁਆਲਿਟੀ ਦੇ ਦੇਖ ਲਓ। ਉਹ ਤਾਂ ਚਲੋ ਜਿਹੜੇ ਬੰਦਾ ਕਿਸੇ ਚੰਗੇ ਬੰਦੇ ਕੋਲੇ ਜਾਓਗੇ, ਕਿਸੇ ਬ੍ਰਾਂਡਡ ਬੰਦੇ ਕੋਲੇ ਜਾਓਗੇ, ਤੇ ਤੁਹਾਨੂੰ ਉੱਥੇ ਬ੍ਰਾਂਡ ਹੀ ਮਿਲਦਾ, ਉਹਨੇ ਜਾਲੀ ਚੀਜ਼ ਨਹੀਂ ਦੇਣੀ। ਜਾਂ ਦਊਗਾ ਤੁਹਾਨੂੰ ਦੱਸ ਕੇ ਦੇਊਗਾ, ਕਿਉਂਕਿ ਤੁਹਾਡੇ ਬਜਟ ਤੇ ਕਈ ਵਾਰੀ ਗੱਲ ਆ ਜਾਂਦੀ ਆ ਵੀ ਭਾਈ ਸਾਡਾ ਬਜਟ ਘੱਟ ਹੈ, ਫਿਰ ਬੰਦਾ ਕਹਿੰਦਾ ਚੱਲ ਕੋਈ ਨਹੀਂ ਸਾਡੇ ਕੋਲ ਆ ਵੀ ਹੈਗਾ। ਦੈਟਸ ਵਾਈ ਉਹ ਚੀਜ਼ ਸਿਰਫ ਆਈਡੀਆਲੀ ਤੇ ਇਨਫੋਰਮੇਸ਼ਨਲ ਵੀਡੀਓਜ਼ ਬਣਾ ਰਿਹਾ, ਹੋਰ ਨਥਿੰਗ ਐਲਸ। ਦਾ ਰੇਟ ਵੀ ਟਾਈਮ ਟੂ ਟਾਈਮ ਚੇਂਜ ਹੋ ਸਕਦੇ ਆ, ਉਹਦੀ ਅਸੀਂ ਵੀ ਕੋਈ ਗਰੰਟੀ ਨਹੀਂ ਦਿੰਦੇ, ਕਿਉਂਕਿ ਮੈਂ ਸਿਰਫ ਇਸ ਟਾਈਮ ਦੀ ਪ੍ਰੈਜੈਂਟ ਦੀ ਗੱਲ ਕਰ ਰਿਹਾ। ਤੇ ਬਾਈ ਜਿਹੜੇ ਫਿਰ ਇਹ ਲਾਏ ਹੋਏ ਨੇ ਫੋਗ ਲੈਂਪ, ਇਹ ਸਰ ਨਾਈਟ ਰਾਈਡ ਦੇ ਪ੍ਰੋਜੈਕਟਰਸ ਆ, ਹਾਈ ਲੋ ਬੀਮ ਹੈ ਇਹਦਾ, ਥਰੋ ਬਹੁਤ ਅੱਛਾ ਆ, ਮੇਰਾ ਪਰਸਨਲੀ ਇਹ ਫੇਵਰੇਟ ਪ੍ਰੋਜੈਕਟਰ ਕਹਿ ਸਕਦੇ ਹੋ। ਠੀਕ ਹੈ, ਇਹ ਇਸ ਪ੍ਰੋਜੈਕਟਰ ਦੀ ਰੇਂਜ ਹੈਗੀ ਆ 11-12 ਹਜ਼ਾਰ ਦੇ ਵਿੱਚ ਵਿੱਚ ਪ੍ਰੋਜੈਕਟਰ ਸਟਾਰਟ ਹੋ ਜਾਂਦੇ ਆ, ਸਟਾਰਟ ਹੋ ਜਾਂਦਾ ਆਹ ਵਾਲਾ ਪ੍ਰੋਜੈਕਟਰ ਇੰਨੇ ਦਾ ਆ। ਇਸ ਤੋਂ ਥੱਲੇ ਵਾਲੀ ਕੁਆਲਿਟੀ ਵੀ ਬਹੁਤ ਆਉਂਦੀ ਹੈ, ਇਸ ਤੋਂ ਸੁਪੀਰੀਅਰ ਵੀ ਬਹੁਤ ਆਉਂਦੀ ਹੈ, ਬਟ ਸੁਪੀਰੀਅਰ ਨਾਲ ਵੀ ਜ਼ਿਆਦਾ ਪਸੰਦ ਨਾਈਟ ਰਾਈਡ ਹੀ ਮੈਂ ਕਰਦਾ, ਕਿਉਂਕਿ ਥਰੋ ਬਹੁਤ ਅੱਛਾ। ਠੀਕ ਹੈ ਬਾਈ, ਇਹ ਗ੍ਰਿਲਾਂ ਇਹਦੇ 'ਚ ਅੱਜ ਕੱਲ੍ਹ ਇਹ ਆ ਗਈਆਂ ਨਵੀਆਂ, ਇਹ ਇੰਪੋਰਟਡ ਗ੍ਰਿਲ ਆ ਗਈ ਹੈ। ਠੀਕ ਹੈ, ਇਹ ਇੰਪੋਰਟਡ ਗ੍ਰਿਲ ਜਿਹੜੀ ਹੈਗੀ ਹੈ ਇਹ ਆਪਾਂ ਨੂੰ ਮਿਲ ਜਾਏਗੀ ਕੋਈ 7,500-8,000 ਦੇ ਵਿੱਚ। ਇਹ ਕੀ ਇੰਪੋਰਟਡ ਕਾਹਦੇ ਕਹਿੰਦੇ ਨੇ ਤੁਸੀਂ? ਇਹ ਜੀ ਕੋਈ ਵੀ ਬ੍ਰਾਂਡ ਨਹੀਂ ਬਣਾਉਂਦਾ, ਜਿੱਦਾਂ ਬੁਲਹੌਰਨ ਕਹਿ ਲਈਏ ਆਪਾਂ, ABS ਕਹਿ ਲਈਏ, ਇਹ ਕੰਪਨੀਆਂ ਨਹੀਂ ਬਣਾਉਂਦੀ, ਇਹ ਇੰਪੋਰਟਡ ਹੀ ਆਉਂਦੀ ਹੈ ਬਹੁਤ। ਇਹਦਾ ਵੀ ਮਟੀਰੀਅਲ ਅੱਛਾ ਹੁੰਦਾ ਹੈ, ਟੌਪ ਫਾਇਰ ਇਹਦਾ ਨਾਮ ਆ, ਟੌਪ ਫਾਇਰ ਗ੍ਰਿਲ ਆਪਾਂ ਇਹਨੂੰ ਕਹਿੰਦੇ ਹਾਂ। ਇਹਦਾ ਕਨਸੈਪਟ ਜਿਹਨੇ ਡਿਫਰੈਂਟ ਤਿਆਰ ਕਰਨਾ, ਜਿੱਦਾਂ ਭਾਜੀ ਉਹਨਾਂ ਦਾ ਬਿਲਕੁਲ ਡਿਫਰੈਂਟ ਕਨਸੈਪਟ ਸੀ, ਉਹ ਤਿਆਰ ਕੀਤਾ ਆ। ਠੀਕ ਹੈ, ਤੇ ਇਹਦੀਆਂ ਲਾਈਟਸ ਬਾਈ ਅੱਜ ਕੱਲ੍ਹ ਕੁਛ ਨਵਾਂ ਵੀ ਆ ਗਿਆ? ਇਹ ਕਿੰਗਕੌਂਗ ਆ ਗਈ ਜੀ, ਹੁਣ ਮੈਂ ਤੁਹਾਨੂੰ ਕਿੰਗਕੌਂਗ ਦੇ ਵਿੱਚ ਇੱਕ ਚੀਜ਼ ਦੱਸਣ ਲੱਗਾ ਹਾਂ। ਕਸਟਮਰ ਕਿੰਗਕੌਂਗ ਦਾ ਜੇ ਰੇਟ ਪੁੱਛਦੇ ਹੋ, ਕਿੰਗਕੌਂਗ ਦੇ ਵਿੱਚ 3 ਕੁਆਲਿਟੀਜ਼ ਆ ਚੁੱਕੀਆਂ ਆ। ਕਿੰਗਕੌਂਗ ਦੀ ਲਾਈਟ 6,500 ਤੋਂ ਸ਼ੁਰੂ ਹੋ ਕੇ 16,500 ਤੱਕ ਲਾਈਟ ਆਉਂਦੀ ਹੈ। ਇਹਦੀ ਗਰੰਟੀ ਵੀ ਆਉਂਦੀ ਹੈ ਫਿਰ? ਇਹਦੀ ਗਰੰਟੀ ਕੋਈ ਨਹੀਂ ਆਉਂਦੀ ਸਰ, ਪਰ ਇਹਦੀ ਲਾਈਟ ਥਰੋ ਅੱਛਾ ਆ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ, ਕੰਪਲੇਂਟ ਨਹੀਂ ਆਉਂਦੀ। ਤੇ ਇੱਕ ਗੱਲ ਤੁਹਾਡੀ ਰੋਕ ਰਿਹਾ, ਤੇ ਇਹਦੇ 'ਚ ਅੱਜ ਕੱਲ੍ਹ ਜਿੱਦਾਂ ਕੋਈ ਓਰੀਜਨਲ ਲਾਈਟ ਦੇ ਵਿੱਚ ਵੀ ਬਹੁਤ ਸਾਰੇ ਲੋਕ ਤੇ ਵੈਸੇ ਚੇਂਜ ਨਹੀਂ ਕਰਾਉਣਾ ਚਾਹੁੰਦੇ ਹੁੰਦੇ, ਹਨਾ, ਤੇ ਪਰ ਉਹਦੇ 'ਚ ਓਰੀਜਨਲ ਵੀ ਆਪਾਂ ਲਾਈਟਸ ਵਗੈਰਾ ਅਵੇਲੇਬਲ, ਉਹਦੇ ਵਿੱਚ ਬਹੁਤ ਅੱਛੀ ਰੇਂਜ ਮੇਰੇ ਕੋਲ ਅਵੇਲੇਬਲ ਪਈ। ਆਪਾਂ ਬਈ ਤੁਹਾਨੂੰ ਅੰਦਰ ਦਿਖਾ ਦਾਂਗੇ ਉਹ ਚੀਜ਼ਾਂ, ਪਰ ਫਿਲਹਾਲ ਆਪਾਂ ਛੇਤੀ ਛੇਤੀ ਕਵਰ ਕਰੀਏ, ਕਿਉਂਕਿ ਵਿਊਅਰਸ ਕਈ ਵਾਰੀ ਬੋਰ ਹੋ ਜਾਂਦੇ ਆ ਵੀ ਲੰਬਾ ਲੈ ਕੇ ਆ ਜਾਓ। ਬਈ ਹੁਣ ਤੁਹਾਨੂੰ ਇਧਰੋਂ ਦਿਖਾ ਦਿੰਦੇ ਆਪਾਂ ਲੁੱਕ ਇਹਦੀ ਲਗਾ ਲਈਏ। ਫਸਟ ਆਫ ਆਲ ਇਹ ਕੁਝ ਨਵਾਂ ਹੈ, ਹਨਾ? ਹਾਂਜੀ, ਇਹ ਵਾਇਰਲੈਸ ਲਾਈਟ ਇਹਨੂੰ ਕਹਿ ਦਿੰਦੇ ਆ, ਜੀ ਵੈਗਨ। ਇਹ ਬਾਈ ਵੈਸੇ ਚਲਾਨ ਹੁੰਦਾ ਇਹਦਾ? ਚਲਾਨ ਤਾਂ ਦੇਖੋ ਸਰ ਹੁੰਦਾ ਹੈ, ਪਰ ਉਹ ਕਵਰ ਕਰ ਲਈਏ ਤੇ ਬਚ ਜਾਂਦਾ ਹੈ, ਕਵਰ ਕਰ ਲਈਏ ਤੇ ਬਚ ਜਾਂਦਾ ਹੈ। ਆਫਰੋਡ ਕਰਨਾ ਉਹਦੇ ਵਾਸਤੇ ਕੰਮ ਦੀ ਚੀਜ਼ ਆ, ਉਦਾਂ ਨਹੀਂ ਹੈਗੀ ਬਾਈ। ਤੇ ਕੁਝ ਚੀਜ਼ਾਂ ਜਿਹੜੀਆਂ ਲੀਗਲ ਨੇ, ਕੁਝ ਇਲੀਗਲ ਵੀ ਹੁੰਦੀਆਂ, ਪਰ ਹਾਂ ਆਫਰੋਡਿੰਗ ਵਾਲੇ ਬੰਦਿਆਂ ਵਾਸਤੇ ਮਾਫ ਹੁੰਦੀਆਂ। ਤੇ ਇਹ ਅਲੋਏ ਟਾਇਰ ਵੈਸੇ ਬਾਈ ਆਫਟਰ ਮਾਰਕੀਟ ਪਏ ਹੋਏ ਨੇ, ਇਹ 18 ਇੰਚ ਅਲੋਏ ਆ? ਇਹ 18 ਇੰਚ ਅਲੋਏ ਆ ਸਰ। 18 ਇੰਚ ਦੇ ਨਾਲ ਅਸੀਂ ਮੈਕਸਿਸ ਦਾ ਟਾਇਰ ਇਹਨਾਂ ਨੇ ਅਪਗ੍ਰੇਡ ਕੀਤਾ ਹੈ ਸਰ ਨੇ, ਅਸੀਂ ਰਿਕਮੈਂਡ ਕੀਤਾ ਸੀਗਾ ਕਿ ਇਹ ਚੀਜ਼ ਕਰ ਲਓ, ਅੱਛੀ ਲੱਗੇਗੀ, ਸੋਹਣੀ ਲੱਗ ਰਹੀ ਹੈ, ਡੀਸੈਂਟ ਦੀ ਲੱਗ ਰਹੀ ਹੈ, ਡੀਸੈਂਟ ਲੱਗ ਰਹੀ ਹੈ ਇਹ ਬਾਈ। ਇਹਦੀ ਸਾਰੀ ਸਾਈਡ ਲੁੱਕ ਆਉਂਦੀ ਹੈ ਬੇਸਿਕਲੀ, ਠੀਕ ਹੈ, ਬਟ ਇਹ ਨਾਲ ਦੇ ਲਾਏ ਹੋਏ ਡੋਰ ਹਿੰਜਿਸ ਆਪਾਂ, ਡੋਰ ਹਿੰਜਿਸ ਦਾ ਸਰ ਤੁਹਾਨੂੰ ਪਹਿਲਾਂ ਹੀ ਦੱਸ ਦਈਏ, 2600 ਤੋਂ ਲੈ ਕੇ 8,500-9,000 ਤੱਕ ਦੀ ਕੁਆਲਿਟੀ ਸਾਡੇ ਕੋਲ ਅਵੇਲੇਬਲ ਚਲੇ ਜਾਂਦੇ ਆ। ਠੀਕ ਹੈ, ਹਾਂਜੀ, ਹੁਣ ਬੈਕ ਸਾਈਡ ਦੀ ਗੱਲ ਕਰ ਲਈਏ ਬਾਈ, ਆ ਜਾਓ, ਤੁਹਾਨੂੰ ਪਿੱਛੋਂ ਵੀ ਦਿਖਾ ਦਿੰਦੇ ਆ। ਤੇ ਇਹਦੀਆਂ ਲਾਈਟਸ ਤਾਂ ਅੱਜ ਕੱਲ੍ਹ ਹਰੇਕ ਬੰਦਾ ਚੇਂਜ ਕਰਾਉਂਦਾ, ਹਨਾ? ਇਹ ਟੇਲ ਲਾਈਟ ਸਰ ਸਭ ਤੋਂ ਜ਼ਿਆਦਾ ਰਨਿੰਗ ਟੇਲ ਲਾਈਟਸ ਆ, ਪਿਛਲੀ ਵੀਡੀਓ 'ਚ ਵੀ ਅਸੀਂ ਦਿਖਾਈਆਂ ਹੋ ਗਈਆਂ, ਉਦੋਂ ਰੇਟ ਅਪ ਸੀਗਾ, ਹੁਣ ਰੇਟ ਥੋੜ੍ਹਾ ਡਾਊਨ ਆ ਚੁੱਕਾ ਆ। ਹੁਣ ਕਿੰਨੇ ਹੋ ਗਈਆਂ? ਇਹ ਵਾਲੀਆਂ ਲਾਈਟਸ 7,000 ਦਾ ਸੈੱਟ ਪੈ ਜਾਂਦਾ, ਹਾਂਜੀ। ਇਹ ਪਿੱਛੇ ਬਾਈ ਜਸਟ ਉੱਦਾਂ ਹੀ ਅਲੋਏ ਟੰਗਿਆ ਹੋਇਆ, ਬਟ ਤੁਹਾਨੂੰ ਇੱਕ ਇੱਥੇ ਥਾਰ ਬਾਈਕ ਆਈ ਹੋਈ ਹੈ ਜਿਹਦੇ ਵਿੱਚ ਕਿ ਕਸਟਮ ਟਾਇਰ ਹੋਲਡਰ ਵੀ ਜਿਹੜਾ ਕਿ ਲੱਗਿਆ ਹੋਇਆ, ਤੇ ਸਟੈਂਡ ਜਿਹਨੂੰ ਕਹਿ ਲਓ ਜਾਂ ਕੁਛ ਵੀ ਕਹਿ ਲਓ, ਆਪਾਂ ਆਪਣੇ ਵਰਡਸ ਨੇ, ਇਸ ਕਰਕੇ ਇਹ ਚੀਜ਼ ਆ ਗਈ। ਤੇ ਹੁਣ ਆਪਾਂ ਇਹਦੇ ਅੰਦਰ ਦੀ ਗੱਲ ਕਰੀਏ। ਫਿਲਹਾਲ ਹੋਲ ਦੇ ਅੰਦਰੋਂ ਤੁਸੀਂ ਅੰਦਰੋਂ ਹੁਣ ਇਹਦਾ ਇੰਟੀਰੀਅਰ ਦੇਖ ਸਕਦੇ ਹੋ। ਫਸਟ ਆਫ ਆਲ ਤੁਹਾਨੂੰ ਇੱਥੋਂ ਆਪਾਂ ਬਾਰੀਆਂ ਤੋਂ ਸ਼ੁਰੂ ਕਰ ਲਈਏ, ਵਿੰਡੋਜ਼ ਤੋਂ, ਤੇ ਇਹਦੀਆਂ ਵਿੰਡੋਜ਼ ਤੇ ਬਾਈ ਫਿਰ ਇਹ ਕੀ ਕੀਤਾ? ਇਹ ਸਰ ਪਲਾਸਟਿਕ ਪੇਂਟ ਹੁੰਦਾ ਆ ਜਿਹੜਾ ਕਦੀ ਵੀ ਖਰਾਬ ਨਹੀਂ ਹੁੰਦਾ, ਜਾਂ ਇਹਦੀ ਸ਼ਾਈਨ ਨਹੀਂ ਖਰਾਬ ਹੁੰਦੀ। ਠੀਕ ਹੈ, ਇਹ ਚੀਜ਼ ਆਪਾਂ ਗਾਈ ਕੀਤੀ ਆ। ਇਹਦੇ ਨਾਲ ਨਾਲ ਆਪਾਂ ਹਾਈਡਰੋਗ੍ਰਾਫੀ ਦੇ ਪੀਸਿਸ ਆ ਗਏ ਥਾਰ ਦੇ ਉੱਪਰ, ਪੀਸ ਹੀ ਲੱਗਣ ਲੱਗ ਗਏ, ਪੀਸ ਹੀ ਲੱਗਣ ਲੱਗ ਪਏ। ਸਾਨੂੰ ਕੋਈ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਹੈਗੀ ਕਿ ਤੁਹਾਨੂੰ ਪੀਸ ਖੋਲ ਕੇ ਪਹਿਲਾਂ ਆਪਾਂ ਹਾਈਡਰੋ ਡਿਪ ਕਰਾਂਗੇ ਫਿਰ 2 ਦਿਨ ਬਾਅਦ ਮਿਲਣਗੇ, ਨਹੀਂ, ਇਹਦੇ ਉੱਤੇ ਪੀਸ ਆ ਗਿਆ ਔਰ ਪ੍ਰੋਪਰ ਪੇਸਟਿੰਗ ਦੇ ਵਿੱਚ ਲੱਗ ਜਾਂਦੇ ਆ। ਇਹ ਫਿਰ ਕਿੰਨਾ ਕੁ ਖਰਚਾ ਇਹਦਾ ਪੀਸਾਂ ਦਾ? ਇਹ ਕਿੱਟ ਸਾਰੀ ਆ ਜਾਂਦੀ 6,500 ਕਿੱਟ ਦੇ ਵਿੱਚ ਸਾਰਾ, ਜਿਹਦੇ ਕਿੱਟ ਦੇ ਵਿੱਚ, ਹਾਂਜੀ ਸਰ, 20 ਪੀਸਿਸ ਹੁੰਦੇ ਆ।
ਥੋੜਾ ਪੀਸ ਉਦੋਂ ਲੈਗ ਸਪੋਰਟ ਨੀ ਮਿਲਦੀ ਜਦੋਂ ਆਹ ਵਾਲਾ ਪੀਸ ਵੀ ਲੱਗ ਜਾਂਦਾ ਲੈਗ ਸਪੋਰਟ ਵੀ ਮਿਲ ਜਾਂਦੀ ਹੈ ਲਾਂਦੇ ਨੀ ਹੈ ਉਹਦੇ ਉੱਪਰ ਹੀ ਪੇਸਟ ਹੋ ਜਾਂਦਾ ਹੈ ਠੀਕ ਹੈ ਉਹਦੇ ਵਿੱਚ ਆਹ ਵਾਲਾ ਪੀਸ ਆ ਗਿਆ ਆਪਣੇ ਪਾਵਰ ਵਿੰਡੋ ਦੇ ਇੱਕ ਆਹ ਵਾਲਾ ਪੀਸ ਵੀ ਆਉਂਦਾ ਕਸਟਮਰ ਦੀ ਨਹੀਂ ਰਿਕਮੈਂਡੇਸ਼ਨ ਸੀਗੀ ਉਹਨੂੰ ਓਵਰ ਲੱਗ ਰਿਹਾ ਸੀਗਾ ਵਿੱਚ ਸਪੀਡੋਮੀਟਰ ਦਾ ਵੀ ਪੀਸ ਹੈਗਾ ਇਹਨਾਂ ਨੇ ਪੇਂਟ ਕਰਾ ਲਿਆ ਸੀ ਤਾਂ ਵੀ ਨਹੀਂ ਉਹ ਲਗਵਾਇਆ ਠੀਕ ਹੈ ਏਸੀ ਵਿੰਡਸ ਦਾ ਵੀ ਪੀਸ ਆਉਂਦਾ ਆ ਇਹ ਸਾਰੇ ਪੀਸਿਸ ਮਿਲ ਜਾਣਗੇ ਉੱਪਰ ਸਪੀਕਰਸ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹਨਾਂ ਦੇ ਵੀ ਅੱਛਾ ਸਾਰੇ ਕੀਤਾ ਹੋਇਆ ਇਹ ਵੀ ਸਾਰੇ ਰੂਫ ਨਹੀਂ ਨਾ ਕਿਸੇ ਨੇ ਕਰਵਾਈ ਅਜੇ ਨਹੀਂ ਹਜੇ ਰੂਫ ਨਹੀਂ ਪਰ ਉਹ ਜ਼ਰੂਰੀ ਹੈ ਗਰਮੀਆਂ 'ਚ ਹਾਂ ਹੁਣ ਇਸ ਗਰਮੀਆਂ 'ਚ ਤੁਹਾਨੂੰ ਰੂਫ ਦਾ ਵੀ ਕਨਸੈਪਟ ਦੇ ਦੇਵਾਂਗੇ ਨਾਲ ਠੀਕ ਹੈ ਅਤੇ ਸੀਟ ਕਵਰ ਪਾਏ ਹੋਏ ਆ ਹਾਂਜੀ ਇਹ ਬਕਟ ਫਿਟਿੰਗ ਦੇ ਵਿੱਚ ਸੀਟ ਕਵਰ ਆ ਜੀ ਇਹ ਸਾਡਾ ਇੱਕ ਨਵਾਂ ਬ੍ਰਾਂਡ ਆਇਆ ਸਾਡੇ ਕੋਲ ਸਪੈਂਸਰ ਇਹਦਾ ਨਾਮ ਆ ਬਹੁਤ ਹੀ ਅੱਛੀ ਫਿਟਿੰਗ ਆਉਂਦੀ ਹੈ ਓਰੀਜਨਲ ਫਿਟਿੰਗਸ ਦੇ ਵਿੱਚ ਦਿੰਦਾ ਇਹਦੇ ਵਿੱਚ ਤੁਸੀਂ ਐਕਸਟੈਂਡਡ ਥਾਈ ਲੈਣਾ ਚਾਹੁੰਦੇ ਹੋ ਉਹ ਵੀ ਮਿਲ ਜਾਏਗੀ ਐਕਸਟੈਂਡਡ ਥਾਈ ਸਪੋਰਟ ਦੇ ਨਾਲ ਠੀਕ ਹੈ ਇਹ ਕਿੰਨੇ ਦੇ ਆ ਵੈਸੇ ਸੀਟ ਕਵਰ ਇਹਲੀ ਸਰ ਸੀਟ ਕਵਰ ਦੀ ਰੇਂਜ ਤਾਂ ਬਹੁਤ ਆ ਦੇਖੋ ਜਿਹੜੇ ਆਹ ਵਾਲਾ ਇਹਨੂੰ ਵਾਈਨ ਇੰਟੀਰੀਅਰ ਕਹਿ ਦਿੰਦੇ ਆ ਵਾਈਨ ਇੰਟੀਰੀਅਰ 9.5-10,000 ਦੇ ਵਿੱਚ ਆ ਠੀਕ ਹੈ ਕੁਆਲਿਟੀ ਵੀ ਨਾਪਾ ਦੇ ਵਿੱਚ ਆ ਫੁੱਲ ਬਕਟ ਦੇ ਵਿੱਚ ਆ ਠੀਕ ਹੈ ਕੁਆਲਿਟੀ ਦੇ ਡਿਪੈਂਡ ਕਰਨਗੇ ਸਾਰੇ ਸੀਟ ਕਵਰ ਸਾਰੇ ਠੀਕ ਹੈ ਹੁਣ ਆਪਾਂ ਪਿੱਛੇ ਦੀ ਗੱਲ ਕਰ ਲਈਏ ਬਾਈ ਬੇਸਿਕਲੀ ਅਤੇ ਆ ਜਾਓ ਤੁਹਾਨੂੰ ਪਿੱਛੇ ਦੀ ਗੱਲ ਕਰ ਲੈਂਦੇ ਆਪਾਂ ਇਹ ਤੁਸੀਂ ਪਿੱਛੇ ਦੇਖ ਸਕਦੇ ਵਿੱਚ ਆਮ ਰੈਸਟ ਵਗੈਰਾ ਬਾਈ ਨੇ ਲਾਏ ਹੋਏ ਆ ਪਿੱਛੇ ਵੀ ਆਮ ਰੈਸਟ ਲੱਗੇ ਹੋਏ ਆ ਇਹਦੇ ਆਮ ਰੈਸਟ ਬਾਈ ਪਿੱਛੇ ਵੀ ਲੱਗੇ ਹੋਏ ਆ ਪਿਛਲੀਆਂ ਸੀਟਸ ਤੁਸੀਂ ਦੇਖ ਸਕਦੇ ਹੋ ਸਾਰੀ ਮੈਟਿੰਗ ਇਹ ਮੈਟਿੰਗ ਕਿਹੜੀ ਇਹਨੂੰ ਕਹਿੰਦੇ ਆ ਬਾਈ ਆਪਾਂ ਬੇਸਿਕਲੀ ਇਹਨੂੰ ਆਪਾਂ 70 ਮੈਟਸ ਕਹਿ ਦਿੰਦੇ ਆ ਸਰ ਅੱਛਾ 70 ਕਹਿ ਦਿੰਦੇ 70 ਇਹ ਕਿੰਨੇ ਕੁ ਦੀ ਹੁੰਦੀ ਹੈ ਵੈਸੇ ਥਾਰ ਦੀ ਸਾਰੀ ਸਰ ਥਾਰ ਨੂੰ ਜਿਹੜੀ 70 ਮੈਟ ਪੈ ਜਾਂਦੇ ਆ 3,000 ਦੀ ਠੀਕ ਕੁਆਲਿਟੀ ਸ਼ੁਰੂ ਹੋ ਜਾਂਦੀ ਸਟਾਰਟਿੰਗ ਜੇ ਬੇਸਿਕ ਰੇਂਜ ਸ਼ੁਰੂ ਕਰਨੀ ਆ ਫਿਰ 2600 ਦੀ ਹੋ ਜਾਂਦੀ ਪਰ ਮੈਂ ਰੱਖ ਲੈਣੀ ਇਹ ਬਹੁਤ ਜ਼ਿਆਦਾ ਕੰਪਲੇਂਟ ਆ ਇਹ ਆਮ ਰੈਸਟ ਫਿਰ ਸੈੱਟ ਕਿੰਨੇ ਕੁ ਦਾ ਆਮ ਰੈਸਟ ਦਾ ਸੈੱਟ ਸਰ ਜੀ 5500 ਤੋਂ ਸ਼ੁਰੂ ਹੋ ਕੇ 11,500 ਤੱਕ ਦਾ ਆਮ ਰੈਸਟ ਸਾਡੇ ਕੋਲ ਅਵੇਲੇਬਲ ਆ ਮਿਲ ਜਾਂਦਾ ਠੀਕ ਹੈ ਕਿਉਂਕਿ 3-4 ਕੁਆਲਿਟੀਜ਼ ਆਉਂਦੀਆਂ ਠੀਕ ਹੈ ਇਸ ਕਰਕੇ ਬਾਈ ਇਹ ਚੀਜ਼ਾਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਅਤੇ ਦੂਜੀ ਗੱਲ ਹੈ ਇਹ ਹੈਂਡਲ ਗ੍ਰੈਬ ਹੈਂਡ ਇਹਨੂੰ ਕਹਿ ਦਿੰਦੇ ਆ ਇਹ ਵੀ ਪ੍ਰੋ ਮੈਨ ਦੇ ਆ ਜੀ ਠੀਕ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਪ੍ਰੋ ਮੈਨ ਦੀ ਬ੍ਰੈਂਡਿੰਗ ਨਾਲ ਇਹ ਨਵਾਂ ਮਾਡਲ ਆ ਗਿਆ ਇਹਦੇ ਵਿੱਚ ਓਪਨਰ ਨਾਲ ਆਉਂਦਾ ਆ ਠੀਕ ਹੈ ਤਾਂ ਇੱਥੋਂ ਵੀ ਆਪਾਂ ਹੈਂਗ ਕਰ ਸਕਦੇ ਹਾਂ ਇਹਦੇ ਵਿੱਚ ਵੀ ਇੱਕ ਬੁਲਹੌਨ ਦੇ ਵੀ ਆ ਗਏ ਆ ਸੇਮ ਉਹਦਾ ਪ੍ਰਾਈਸ ਥੋੜ੍ਹਾ ਘੱਟ ਹੈ ਪ੍ਰੋ ਮੈਨ ਦੀ ਫਿਨਿਸ਼ਿੰਗ ਤਾਂ ਥੋੜ੍ਹਾ ਪ੍ਰਾਈਸ ਜ਼ਿਆਦਾ ਠੀਕ ਹੈ ਇਸ ਕਰਕੇ ਬਾਈ ਇਹ ਆ ਗਿਆ ਇਹਦਾ ਸਾਰਾ ਇੰਟੀਰੀਅਰ ਅਤੇ ਆਪਾਂ ਇਹਦੀ ਇਹ ਬਾਈ ਨੇ ਜਗਾ ਕੇ ਵੀ ਦਿਖਾ ਦਿੱਤੀ ਹੈ ਸਾਰੀ ਗੱਡੀ 'ਚ ਹੁੰਦੀ ਇਹ ਕੀ ਕੋਸਟ ਕਰਦੀ ਹੈ ਅੱਜ ਕੱਲ੍ਹ ਇਹ ਜੀ ਐਂਬੀਐਂਟ ਲਾਈਟ 4K ਆਪਾਂ ਨੂੰ ਕੋਸਟ ਕਰੇਗੀ 6500 ਕਮੈਂਟ ਕਰ ਸਕਦੇ ਹੋ ਜਾਂ ਬਾਈ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਕਿਉਂਕਿ ਕਈ ਵਾਰੀ ਕਿਸੇ ਨੇ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਚੀਜ਼ਾਂ ਲਵਾਈਆਂ ਹੁੰਦੀਆਂ ਅਤੇ ਜਿੰਨੀ ਕੁ ਉਹਨਾਂ ਦੀ ਰਿਕੁਆਇਰਮੈਂਟ ਸੀ ਅਤੇ ਕਈ ਵਾਰੀ ਇਕੱਠੇ ਪੈਸੇ ਕੋਈ ਵੀ ਨਹੀਂ ਲਵਾਉਂਦਾ ਹੈ ਨਾ ਅਤੇ ਆਹਿਸਤੇ ਲਵਾਉਂਦਾ ਆਜੋ ਤੁਹਾਨੂੰ ਫਰੰਟ ਤੋਂ ਇੱਕ ਚੀਜ਼ ਹੋਰ ਦਿਖਾਉਂਦੇ ਹਾਂ ਇਹ ਰਿਮੋਟ ਨਾਲ ਚੱਲਣ ਵਾਲੇ ਫਲੈਸ਼ਰ ਨੇ ਇਹ ਤੁਸੀਂ ਦੇਖ ਸਕਦੇ ਹੋ ਵੀ ਰਿਮੋਟ ਨਾਲ ਹੀ ਵਰਕ ਕਰਦੇ ਆ ਸਾਰੇ ਉਹ ਦੇਖ ਸਕਦੇ ਹੋ ਇਹ ਇੱਦਾਂ ਚੱਲਦੇ ਨੇ ਉਹ ਤੁਸੀਂ ਆਪਣੇ ਸਾਨੂੰ ਐਡਜਸਟ ਕਰ ਸਕਦੇ ਹੋ ਇਹ ਵੱਖਰਾ ਇੱਕ ਮਾਡਲ ਤਿਆਰ ਹੋ ਗਿਆ ਚਲੋ ਕੋਈ ਨਹੀਂ ਬਾਈ ਆਪਾਂ ਬਸ ਕਰਦੇ ਹਾਂ ਉਹਨੂੰ ਹੁਣ ਇਹਦੀ ਗੱਲ ਕਰ ਲਈਏ ਆਪਾਂ ਫਿਲਹਾਲ ਅਤੇ ਇਹ ਬਾਈ ਤੁਸੀਂ ਦੇਖ ਸਕਦੇ ਰੈੱਡ ਕਲਰ ਦੇ ਵਿੱਚ ਹੈਗੀ ਹੈ ਇਹਦੇ ਵਿੱਚ ਕੁਛ ਵੱਖਰਾ ਉਹਦੇ ਨਾਲੋਂ ਵੱਖਰਾ ਕੀ ਹੈਗਾ ਪਹਿਲੀ ਤਾਂ ਗੱਲ ਇਹਦਾ ਬੰਪਰ ਅਲੱਗ ਹੈ ਇਹ ਕਾਫੀ ਹੈਵੀ ਡਿਊਟੀ ਦੇ ਵਿੱਚ ਹੈਗਾ ਉਹ ਥੋੜ੍ਹਾ ਡਿਜ਼ਾਈਨਰ ਜਿਹਾ ਆ ਗਿਆ ਹਾਂਜੀ ਅਤੇ ਇਹ ਫਿਰ ਕਿਹੜਾ ਕਾਹਦਾ ਇਹ ਓਵਰਲੈਂਡ ਬੰਪਰ ਕਹਿ ਦਿੰਦੇ ਹਾਂ ਜੀ ਤੁਸੀਂ ਤਾਂ ਅਸੀਂ ਆਪਾਂ ਇਹਨਾਂ ਨੂੰ ਇਹਦੇ ਵਿੱਚ ਆਪਾਂ ਨੂੰ ਨਾ ਵਿੰਚ ਦੀ ਆਪਸ਼ਨ ਆਉਂਦੀ ਹੈ ਠੀਕ ਹੈ ਨਾ ਇਹਦੇ ਵਿੱਚ ਆਪਾਂ ਨੂੰ ਰੇਡੀਏਟਰ ਬਲੇਡ ਆਉਂਦੀ ਹੈ ਨਾ ਬੁਲਬਾਰ ਆਉਂਦੀ ਹੈ ਇਹ ਓਵਰਲੈਂਡ ਕਹਿ ਦਿੰਦੇ ਹਾਂ ਇਸ ਬੰਪਰ ਨੂੰ ਅਸੀਂ ਬਹੁਤ ਸਟਰੋਂਗ ਬੰਪਰ ਹੁੰਦਾ ਹੈ ਇਹਦੇ ਵਿੱਚ ਪਰਾੜ ਦੇ ਵਿੱਚ ਤੁਹਾਨੂੰ ਅਵੇਲੇਬਲ ਹੋ ਜਾਏਗਾ ਬੰਪਰ ਤਾਂ ਇਸੀ ਕੰਪਨੀ ਓਵਰਲੈਂਡ ਦੇ ਵਿੱਚ ਇੱਕ ਇਹ ਕਿੰਨੇ ਦਾ ਵੈਸੇ ਬੰਪਰ ਹੈ ਇਹ 26,500 ਦਾ ਬੰਪਰ ਹੈ ਠੀਕ ਹੈ ਇਹ ਲਾਈਟਸ ਵੀ ਓਰੀਜਨਲ ਨੇ ਇਹ ਓਰੀਜਨਲ ਲਾਈਟ ਫੋਰਸ ਦੀਆਂ ਲਾਈਟਸ ਆ ਜੀ ਠੀਕ ਹੈ ਇਹ ਬੁਲੇਟ 240 ਨੂੰ ਕਹਿੰਦੇ ਆ ਬੁਲੇਟ 240 mm ਇਹ ਬੁਲੇਟ ਪ੍ਰੂਫ ਲਾਈਟ ਹੁੰਦੀ ਹੈ ਜੀ ਹਾਂ ਇਹ ਕਿੰਨੇ ਕੁ ਦੀ ਪੈ ਜਾਂਦੀ ਹੈ ਇਹ 25,000 ਦੀ ਲਾਈਟ ਹੈ ਲਾਈਟ ਦਾ ਸੈੱਟ ਆਉਂਦਾ 25,000 ਦਾ ਇਹਦੀ ਗ੍ਰਿਲ ਇਹਦੀ ਗ੍ਰਿਲ ਇਹ ਬੁਲਹੌਨ ਦੀ ਗ੍ਰਿਲ ਲੱਗੀ ਹੋਈ ਹੈ ਸਰ ਜਿਹੜੀ ਤੁਸੀਂ ਰੂਬੀਕੌਨ ਕਹਿ ਸਕਦੇ ਹੋ ਰੈਂਗਲਰ ਕਹਿ ਸਕਦੇ ਹੋ ਤੇ ਓਵਲੀ ਇਹ ਗ੍ਰਿਲ ਕੋਸਟ ਕਰ ਦੇਗੀ ਆਪਾਂ ਨੂੰ 7,000 ਰੁਪਏ ਦੀ
ਸਤਿਮਾ ਸ਼ੁਰੂ ਹੋ ਜਾਂਦਾ ਐਸਟੀਮੇਟ ਇਹ ਆਈਡੀਆ ਪ੍ਰਾਈਸਿਸ ਨੇ ਤੇ ਇਹਦੀ ਲਾਈਫ ਇਸ ਤੋਂ ਥੱਲੇ ਵਾਲੀ ਕੁਆਲਿਟੀ ਵੀ ਆਂਦੀ ਹੈ ਬਟ ਉਹ ਬੁਲਹਾਂ ਦੀ ਨਹੀਂ ਆਂਦੀ ਉਹ ਲੋਕਲ ਗ੍ਰਿਲ ਆਂਦੀ ਹੈ ਉਹ 6000 ਦੀ ਗ੍ਰਿਲ ਹੈ ਹੈਗੀ ਠੀਕ ਹੈ ਤੇ ਇਹ ਬਾਈ ਲਾਈਟਸ ਇਹ ਕਿੰਗਕੋਂਗ ਆ ਗਈ ਜੀ ਫੇਰ ਇੱਕ ਅੱਛਾ ਉਹੀ ਆ ਗਿਆ ਹਾਂ ਕਿੰਗਕੋਂਗ ਆ ਗਈ ਇਹ ਥੋੜਾ ਅਪਰ ਮਾਡਲ ਆ ਗਿਆ ਇਹ 9500 ਵਾਲਾ ਮਾਡਲ ਹੈ ਮਾਡਲ ਆ ਗਿਆ ਇਸ ਕਰਕੇ ਬਾਈ ਇਹ ਫਰਕ ਆ ਜਾਂਦਾ ਪ੍ਰੋਜੈਕਟਰ ਵਗੈਰਾ ਵੀ ਇਹ 'ਚ ਲੱਗੇ ਆ ਇਹ ਆਫਟਰ ਹੁੰਦੇ ਆ ਜਦੋਂ ਬੰਦਾ ਚਾਹੇ ਹੈ ਨਾ ਵੀ ਤੁਸੀਂ ਕਿੱਦਾਂ ਹੈ ਇਹਦੇ ਲਈ ਕਿ ਹੁਕਸ ਵਗੈਰਾ ਆ ਗਏ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਚਾਹੁੰਦੇ ਹੋ ਮਿਲ ਜਾਂਦਾ ਸਾਰਾ ਕੁਝ ਇੱਥੇ ਅਵੇਲੇਬਲ ਆ ਜਸਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਾਈਸ ਦੇ ਆਈਡੀਆਜ਼ ਦੇ ਰਹੇ ਹਾਂ ਇਹਦਾ ਸਨੋਰਕਲ ਫਿਰ ਬਾਈ ਇਹ ਕਿੰਨੇ ਕੁ ਦਾ ਇਹ ਸਨੋਰਕਲ ਜੀ ਨੋਨ ਵਰਕਿੰਗ ਸਨੋਰਕਲ ਹੈ ਨੋਨ ਵਰਕਿੰਗ ਸਨੋਰਕਲ ਸਾਡੇ ਕੋਲ 7000 ਤੋਂ ਸਟਾਰਟ ਹੋ ਜਾਂਦਾ ਹੈ 7000 ਇੱਕੋ ਹੀ ਕੁਆਲਿਟੀ ਆਉਂਦੀ ਆ ਪ੍ਰੋਪਰ ਨੋਨ ਵਰਕਿੰਗ ਕਿਉਂ ਕਹਿੰਦੇ ਵਰਕਿੰਗ ਹੋ ਨਹੀਂ ਸਕਦਾ ਇਹ ਵਰਕਿੰਗ ਹੋ ਸਕਦਾ ਹੈ ਬਟ ਉਹਦੇ ਵਿੱਚ ਤੁਹਾਨੂੰ ਬਾਡੀ ਦੇ ਵਿੱਚ ਇੱਕ ਸ਼ੇਕ ਕਰਨਾ ਪੈਣਾ ਹੈ ਪਾਈਪ ਉਹਦੇ ਵਿੱਚ ਪਾਈਪ ਪੈਂਦੇ ਉਹਦੇ ਚਾਰਜਸ ਵੀ ਅਲੱਗ ਹੁੰਦੇ ਆ ਤਾਂ ਉਹਦਾ ਮਟੀਰੀਅਲ ਵੀ ਥੋੜਾ ਹੋਰ ਲੱਗਦਾ ਠੀਕ ਹੈ ਵੈਸੇ ਬਾਈ ਇਹ ਸੋਹਣਾ ਲੱਗਦਾ ਮਤਲਬ ਮੈਨੂੰ ਜੱਚਿਆ ਇਹਨੂੰ ਲੱਗਾ ਤੇ ਦੂਜੀ ਗੱਲ ਇਹਨੂੰ ਟਾਇਰ ਲੋਏ ਬਹੁਤ ਵੱਡੇ ਪਏ ਆ ਉਹ ਤੁਹਾਨੂੰ ਸਾਈਡ ਤੋਂ ਦਿਖਾ ਦਿੰਦੇ ਆ ਆਪਾਂ ਇਧਰੋਂ ਤੁਸੀਂ ਐਂਗਲ ਸਾਰਾ ਦੇਖ ਸਕਦੇ ਹੋ ਕਿਉਂਕਿ ਗੱਡੀ ਸੋਹਣੀ ਲੱਗ ਰਹੀ ਹੈ ਥੋੜੀ ਉੱਚੀ ਵੀ ਲੱਗ ਰਹੀ ਇਹਨੂੰ ਪਏ ਆ 22 ਇੰਚ ਹਨਾ ਹਾਂਜੀ ਇਹ ਫਿਊਲ ਦਾ ਓਰੀਜਨਲ ਲੋਇ ਪਾਇਆ ਹੋਇਆ ਪਾਇਆ ਤੇ ਇਸ ਕਰਕੇ ਬਾਈ ਨੇ ਆਪਣੇ ਸਾਰਾ ਤਿਆਰ ਕਰਾਈ ਹੈ ਸਾਰੀ ਇਹ ਆਮ ਜੀ ਗੱਲ ਆ ਸਾਰੀਆਂ ਗੱਡੀਆਂ ਨੂੰ ਲੱਗਦਾ ਇਹਦਾ ਰੇਟ ਅਸੀਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ ਬੈਕ ਦੀ ਗੱਲ ਕਰ ਲਈਏ ਆ ਜੋ ਪਿੱਛੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਆਲਮੋਸਟ ਇਹ ਸਿਮਲਰ ਜੀ ਆ ਹਨਾ ਬਸ ਇਹਦਾ ਥੋੜ੍ਹਾ ਟਾਇਰ ਲੋਇ ਦਾ ਫਰਕ ਹੈ ਤੇ ਥੋੜ੍ਹਾ ਜਿਹਾ ਬਾਈ ਨੇ ਆਪਣੇ ਸਾਰਾ ਤਿਆਰ ਕਰੀ ਹੋਈ ਹੈ ਲਾਈਟਸ ਇਹਦੀਆਂ ਵੀ ਸੇਮ ਨੇ ਹਨਾ ਤੇ ਪਿਛਲੇ ਬੰਪਰ ਕੋਈ ਚੇਂਜ ਕਰਾਉਂਦਾ ਨਹੀਂ ਮੈਂ ਥੋੜ੍ਹੀ ਕੀਤੀ ਹਨਾ ਪਰ ਇਹਦੇ ਅੰਦਰ ਦਾ ਇੰਟੀਰੀਅਰ ਦਾ ਫਰਕ ਹੋਊ ਇੰਟੀਰੀਅਰ ਇਹਨਾਂ ਨੇ ਸਿੰਪਲ ਰੱਖਿਆ ਨਾ ਬੇਸਿਕ ਰਿਕੁਆਇਰਮੈਂਟ ਨਹੀਂ ਸੀ ਕੋਈ ਜਿਹੜਾ ਬਣਾ ਹੀ ਦਿੰਦੇ ਆ ਬਾਈ ਆ ਜਾਓ ਠੀਕ ਹੈ ਤੇ ਇਹਨਾਂ ਨੇ ਕੋਈ ਦੇਖੋ ਤੁਸੀਂ ਦੇਖ ਸਕਦੇ ਹੋ ਵੈਸੇ ਸਟਾਕ ਇਦਾਂ ਦੀ ਆਉਂਦੀ ਹੈ ਕਿਸੇ ਨੇ ਚੇਂਜ ਨਹੀਂ ਕਰਾਈ ਤੇ ਅੰਦਰ ਦੀ ਗੱਲ ਕਰ ਲਈਏ ਤੇ ਇਹਦੇ ਸੀਟ ਕਵਰ ਤੁਸੀਂ ਦੇਖ ਸਕਦੇ ਹੋ ਬਾਈ ਨੇ ਨਾਰਮਲ ਜੇ ਪਵਾਇਆ ਹਨਾ ਕੰਪਨੀ ਵਾਲੇ ਹੀ ਕੰਪਨੀ ਵਾਲੇ ਬਾਕੀ ਬਾਈ ਨੇ ਕੁਝ ਨਹੀਂ ਇਹਦੇ ਜ਼ਿਆਦਾ ਕਰਾਇਆ ਤੇ ਆਰਮ ਰੈਸਟ ਦਿਖਾਏ ਨੇ ਮਤਲਬ ਬਹੁਤ ਸਿੰਪਲ ਜੀ ਜਿਹੜੀ ਲੋਡ ਵਾਲੇ ਚੀਜ਼ਾਂ ਨੇ ਉਹ ਰੱਖੀਆਂ ਨੇ ਇਸ ਕਰਕੇ ਉਹ ਚੀਜ਼ ਆ ਜਾਂਦੀ ਹੈ ਇੱਕ ਤੁਹਾਨੂੰ ਏਸੀ ਵਿੰਡਸ ਦੇ ਵਿੱਚ ਜ਼ਰੂਰ ਫਰਕ ਦਿਖਾਵਾਂਗੇ ਇੱਕ ਆਹ ਵਾਲਾ ਏਸੀ ਵਿੰਡ ਨੋਟਿਸ ਕਰ ਲਓ ਤੁਹਾਨੂੰ ਇੱਕ ਅਗਲਾ ਵੀ ਏਸੀ ਵਿੰਡ ਦਿਖਾਵਾਂਗੇ ਜਿਹੜਾ ਪ੍ਰੋਪਰ ਫਿਟਿੰਗ ਦੇ ਵਿੱਚ ਹੋਇਆ ਅੱਛਾ ਫਰਕ ਆਉਂਦਾ ਹੈ ਇਹਦੇ ਵਿੱਚ ਬਹੁਤ ਫਰਕ ਆਉਣ ਲੱਗ ਪਿਆ ਸਰ ਕਿਉਂਕਿ ਡੁਬਲੀ ਏਸੀ ਬਹੁਤ ਆਉਣ ਲੱਗ ਪਈ ਹੈ ਸਮਾਨ ਦੀ ਕਸਟਮਰ ਨੂੰ ਅਵੇਅਰਨੈਸ ਜ਼ਰੂਰ ਹੋਣੀ ਚਾਹੀਦੀ ਆਪਾਂ ਕੀ ਲਗਵਾਉਣਾ ਆ ਕਿ ਤਾਂ ਕੀ ਨਹੀਂ ਫਿਰ ਕਾ ਅੱਛਾ ਇਹ ਵੀ ਬਾਈ ਇੱਕ ਬਲੈਕ ਕਲਰ ਦੇ ਵਿੱਚ ਆ ਗਈ ਆ ਬੇਸਿਕਲੀ ਤੁਹਾਨੂੰ ਇਧਰੋਂ ਦਿਖਾ ਦਿੰਦੇ ਆ ਫਰੰਟ ਦੋਵਾਂ ਦਾ ਸੇਮ ਹੈ ਹਨਾ ਕਿਉਂਕਿ ਇਹ ਫਰੈਂਡਸ ਦੀਆਂ ਹੀ ਨੇ ਆਪਸ 'ਚ ਲਾਈਟਾਂ ਵੀ ਸੇਮ ਨੇ ਬੰਪਰ ਵੀ ਸੇਮ ਹੈ ਸਾਰਾ ਸੇਮ ਹੈ ਗ੍ਰਿਲ ਵੀ ਸੇਮ ਹੈ ਨਹੀਂ ਲਾਈਟ ਸਰ ਸੇਮ ਨਹੀਂ ਹੈਗੀਆਂ ਇਹਦੀਆਂ ਤੁਸੀਂ ਲਾਈਟ ਦੇਖੋ ਇਹਦੇ DHC ਦੀ ਬ੍ਰਾਂਡਡ ਲਾਈਟਸ ਪਈਆਂ ਹੋਈਆਂ ਅੱਛਾ ਇਹ ਓਰੀਜਨਲ ਹਾਂਜੀ ਇਹ ਓਰੀਜਨਲ ਲਾਈਟਸ ਨੇ ਇਹ 23000 ਦੀਆਂ ਲਾਈਟਸ ਨੇ 1 ਇਅਰ ਵਾਰੰਟੀ ਆਉਂਦੀ ਹੈ ਤੇ ਇਹਦੀ ਲਾਈਟ ਵੀ ਬਹੁਤ ਹੁੰਦੀ ਹੈ ਤੇ 72 ਵਾਟ ਪਰ LED ਹੁੰਦੀ ਹੈ ਇਹਦੀ ਕਾਸਟ ਕਿੰਨੀ ਦੱਸੀ ਇਹਦੀ 23000 ਰੁਪਏ ਕਾਸਟ ਹੋਈ ਉਹਦੀ ਕਿੰਨੀ ਸੀ ਉਹਦੀ ਹੈਗੀ ਹੈ 9000 ਰੁਪਏ ਜਿਹੜੀ ਉਧਰ ਲੱਗੀ ਹੈ 7000 ਰੁਪਏ ਦੇ ਅੱਛਾ ਫਰਕ ਆ ਗਿਆ ਹਾਂਜੀ ਫਰਕ ਆ ਗਿਆ ਪਰ ਇਹ ਸੋਹਣੀਆਂ ਵੀ ਆਪਣੇ ਆਪਣੇ ਹਿਸਾਬ ਨਾਲ ਹਾਂ ਆਪਣੇ ਆਪਣੇ ਹਿਸਾਬ ਇਸ ਕਰਕੇ ਬਾਈ ਜਿਹੜੀ ਚੀਜ਼ ਦੀ ਗਾਰੰਟੀ ਹੈ ਉਹ ਮਹਿੰਗੀ ਤਾਂ ਹੋਣੀ ਹੈ ਜਿਹੜੀ ਗਾਰੰਟੀ ਨਹੀਂ ਉਹ ਸਸਤੀ ਹੋਣੀ ਸਰ ਕੁਆਲਿਟੀ ਦਾ ਬਹੁਤ ਫਰਕ ਆ ਫਰਕ ਪੈਣਾ ਠੀਕ ਹੈ ਇਹ ਚੀਜ਼ ਆ ਗਈ ਸਨੋਰਕਰ ਇਹਦੇ ਵਿੱਚ ਵੀ ਲੱਗਿਆ ਹੋਇਆ ਠੀਕ ਹੈ ਉਹ ਤੁਹਾਡੀ ਰਿਕੁਆਇਰਮੈਂਟ ਹੁੰਦੀ ਹੈ ਆਪਦੇ ਹਿਸਾਬ ਤੁਸੀਂ ਲਾ ਸਕਦੇ ਹੋ ਇਹਨੂੰ ਵੀ ਬਾਈ ਤੁਸੀਂ ਦੇਖ ਸਕਦੇ ਹੋ 22 ਇੰਚ ਲੋਏ ਪਏ ਆ ਇਹ ਵੀ ਫਿਊਲ ਦਾ ਓਰੀਜਨਲ ਲੋਏ ਆ ਠੀਕ ਆ ਬਾਈ ਹੁਣੇ ਆਪਣੇ ਹਿਸਾਬ ਨਾਲ ਮੋਡੀਫਾਈ ਕਰਾਇਆ ਹਾਂ ਕੋਈ ਬੰਦਾ ਇਹ ਪੁੱਛਣਾ ਚਾਹੁੰਦਾ ਵੈਸੇ ਵੀ ਕਿੰਨੇ ਇੰਚ ਸੁਜੈਸਟ ਕਰਦੇ ਹੋ ਬਾਈ ਮੈਂ ਵੈਸੇ ਸ਼ੌਕ ਨੂੰ ਤਾਂ ਕੋਈ ਕਿਸੇ ਨੂੰ ਸੁਜੈਸਟ ਕਰ ਹੀ ਨਹੀਂ ਸਕਦਾ ਪਰ ਵੈਸੇ 20 ਇੰਚ ਜੈਨੂਇਨ ਰਹਿੰਦੇ ਆ ਜਿਹਨਾਂ ਤੁਹਾਡੀ ਕੰਫਰਟ ਰਹਿੰਦਾ ਕਾਰ ਦੇ ਵਿੱਚ ਵੀ ਤੇ ਵੈਸੇ ਵੀ ਕੋਈ ਇਸ਼ੂ ਨਹੀਂ ਪਰ ਜਿੱਦਾਂ ਤੁਸੀਂ ਇਹਨੂੰ ਹੁਣ ਬੰਪਰ ਵਗੈਰਾ ਬਾਈ ਨੇ ਲਵਾਏ ਕੁਛ ਵੀ ਕਰਾਇਆ ਤੇ ਉਹ ਕੁਛ ਵੀ ਪਵਾ ਸਕਦਾ ਕਿਉਂਕਿ ਉਹਦੇ ਤਾਂ ਕੋਈ ਚੱਕਰ ਨਹੀਂ ਰਹਿੰਦਾ ਸਾਈਡ ਦੀ ਗੱਲ ਕਰ ਲਈਏ ਇਹਦੇ ਵੀ ਹਿੰਜ ਲੱਗੀ ਹੋਈ ਹੈ ਠੀਕ ਹੈ ਸਾਈਡ ਹਿੰਜ ਲੱਗੀਆਂ ਹੋਈਆਂ ਟਾਇਰ ਥੋੜੇ ਬਾਹਰ ਆ ਜਾਂਦੇ ਆ ਹੁਣ ਇਹਦੇ ਵਿੱਚ ਤੁਹਾਨੂੰ ਏਸੀ ਵਿੰਡਸ ਦਾ ਫਰਕ ਦਿਖਾਉਂਦੇ ਸਰ ਆਪਾਂ ਏਸੀ ਵਾਲੇ ਬਾਅਦ 'ਚ ਜਾਂਦੇ ਹਾਂ ਆਪਾਂ ਪਹਿਲਾਂ ਕੰਮ ਦੀ ਚੀਜ਼ ਵਿਖਾਈਏ ਹੈ ਨਾ ਇਹ ਲਾਈਟ ਆ ਗਈ ਹਾਂ ਹੁਣ ਜਿਹੜੇ ਬੰਦਿਆਂ ਨੇ ਏਡੇ ਏਡੇ ਵੱਡੇ ਅਲੋਏ ਪਵਾਏ ਨੇ ਟਾਇਰ ਪਵਾਏ ਨੇ ਬੇਸਿਕਲੀ ਉਹ ਜੇ ਪਿੱਛੇ ਆਪਾਂ ਹੋਲਡ ਕਰਦੇ ਹਾਂ ਤੇ ਉਹ ਸਾਰਾ ਪਿਛਲਾ ਬੰਪਰ ਤੋੜ ਦਿੰਦੇ ਆ ਡਿੱਗੀ ਤੋੜ ਦਿੰਦੇ ਆ ਕਿਉਂਕਿ ਹੈਵੀ ਹੋ ਜਾਂਦਾ ਹੈ ਨਾ ਇੱਥੇ ਬਾਈ ਨੇ ਇੱਕ ਬੜਾ ਵਧੀਆ ਹੱਲ ਕੀਤਾ ਆ ਇਹਨੂੰ ਵੈਸੇ ਬਾਈ ਨੇ ਇਧਰੋਂ ਦੀ ਆਉਂਦਾ ਦਿਖਾ ਦਿੰਦੇ ਆ ਇਹ ਬਾਈ ਨੇ ਇੱਕ ਸੈਪਰੇਟ ਇਹਦੇ ਨਾਲ ਲਾਇਆ ਹੋਇਆ ਬਾਈ ਵੀ ਬਣਾ ਕੇ ਵੀ ਇਹ
ਕਹਿ ਦਿੰਦੇ ਆ ਵੀ ਡੋਰ, ਇਹ ਆਪਾਂ ਇਹਨੂੰ ਟਾਇਰ ਹੈਂਗਰ ਕਹਿ ਦਿੰਦੇ ਆ ਸਰ ਇਹਨੂੰ, ਠੀਕ ਹੈ। ਇਹ ਆਪਣਾ ਓਪਨ ਵੀ ਹੋ ਜਾਂਦਾ, ਇਹ ਚੈਸੀ ਦੇ ਨਾਲ ਵੈਲਡ ਕੀਤਾ ਹੋਇਆ ਥੱਲਿਓ, ਇਸ ਕਰਕੇ ਬਾਈ ਫਰਕ ਪੈਂਦਾ, ਪਰ ਇਹ ਬਾਈ ਨੇ ਆਫਟਰ ਮਾਰਕੀਟ ਬਣਵਾਇਆ, ਬਹੁਤ ਸੋਹਣਾ ਬਣਿਆ ਹੋਇਆ ਤੇ ਖੁੱਲ ਵੀ ਜਾਂਦਾ, ਤੇ ਇਹਦੇ ਨਾਲ ਬਾਈ ਨੇ ਸਪੀਕਰ ਵਗੈਰਾ ਵੀ ਰੱਖਿਆ ਹੋਇਆ ਸੀ ਟਿੱਕੀ ਦੇ ਵਿੱਚ, ਉਹ ਜੀ ਆਪਾਂ ਇਹ ਚਮਲ ਇੱਥੇ ਜਸਟ ਇਹਦੇ ਲਈ ਆਈ ਆ, ਹੈ ਨਾ, ਇਹ ਜਸਟ ਇਹਦੇ ਲਈ ਆਈ ਹੈ। ਕੋਈ ਬੰਦਾ 8 ਇੰਚੀ ਆਪਾਂ ਪ੍ਰੈਫਰ ਕਰਦੇ ਆ, ਸਾਊਂਡ ਬਹੁਤ ਅੱਛਾ ਬਣ ਜਾਂਦਾ ਆ, ਕਿਉਂਕਿ ਡੀਬੀ ਦਾ ਆ, ਤੁਸੀਂ ਬ੍ਰੈਂਡ ਬਾਰੇ ਸੁਣਿਆ ਹੋਣਾ ਆ, ਇਹ ਹਾਈ ਐਂਡ ਆਡੀਓ ਦੇ ਵਿੱਚ ਆ ਜਾਂਦਾ, ਤੁਸੀਂ ਇਹਦਾ ਬਾਕਸ ਹੀ ਦੇਖ ਲਓ ਕਿੰਨਾ ਹੈ। ਹਾਂ ਇਹ ਬਾਈ ਡਿੱਗੀ ਜੀ ਆ ਜਾਂਦਾ, ਪਰ ਡਿੱਗੀ ਵਾਸਤੇ ਹੋਰ ਵੀ ਇਹਨਾਂ ਕੋਲੇ ਸਪੀਕਰ ਹੋਰ ਕੰਪਨੀਆਂ ਦੇ ਵੀ ਪਏ ਨੇ, ਤੁਸੀਂ ਉਹ ਵੀ ਲਵਾ ਸਕਦੇ ਹੋ। ਜਸਟ ਤੁਹਾਨੂੰ ਦਿਖਾਉਣਾ ਸੀ ਇਹ ਬਾਈ ਜਿਹੜਾ ਐਂਗਲ ਬਾਈ ਨੇ ਲਵਾਇਆ ਵੱਖਰਾ, ਕਾਫੀ ਹੈਵੀ ਲੱਗਿਆ ਹੋਇਆ, ਤੁਸੀਂ ਦੇਖ ਸਕਦੇ ਹੋ, ਇਹ ਕੋਈ ਲੋਡ ਨਹੀਂ ਦਿੰਦਾ ਗੱਡੀ ਦੇ ਉੱਤੇ, ਕਾਫੀ ਵਧੀਆ ਚੀਜ਼ ਮੈਨੂੰ ਲੱਗੀ ਹੈ, ਤੇ ਇਸ ਕਰਕੇ ਇਹ ਵੀ ਬਣ ਜਾਂਦਾ। ਚਲੋ ਇਹਦੇ ਬਾਰੇ ਆਪਾਂ ਗੱਲ ਨਹੀਂ ਕਰ ਰਹੇ, ਹੁਣ ਗੱਲ ਕਰਾਂਗੇ ਬਾਈ ਦੇ ਇੰਟੀਰੀਅਰ ਦੀ ਗੱਡੀ ਦੀ। ਆ ਜਾਓ ਇਹ ਬਾਈ ਆਪਾਂ ਇਹਦੇ ਇੰਟੀਰੀਅਰ ਦੀ ਗੱਲ ਕਰਾਂਗੇ, ਤੇ ਇਹ ਵੀ ਬਾਈ ਨੇ ਵੈਸੇ ਤਾਂ ਸਿੰਪਲ ਰੱਖਿਆ ਹੋਇਆ, ਬਲੈਕ ਹੀ ਥੀਮ ਹੈ ਇਹਦੇ ਅੰਦਰ, ਬਾਈ ਨੇ ਸਿਰਫ ਇਹ ਲਾਈਟਨਿੰਗ ਲਾਈ ਹੋਈ ਹੈ। ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਸੀ ਏਸੀ ਇਵੈਂਟ ਦਾ ਕੀ ਫਰਕ ਆ, ਉਹ ਦਿਖਾਓ ਹੁਣ ਸਰ। ਤੁਸੀਂ ਨੇੜਿਓਂ ਦੇਖੋ ਉਸ ਏਸੀ ਇਵੈਂਟ ਦੇ ਵਿੱਚ, ਆਪਾਂ ਪੁਰਾਣੇ ਵਾਲੇ ਜਿਹੜੇ ਆਉਂਦੇ ਸੀਗੇ ਏਸੀ ਇਵੈਂਟ ਆਉਂਦੇ ਸੀ, ਉਹ ਉੱਤੇ ਲੱਗਾ ਸੀ ਮੇਰੇ ਸਾਹਮਣੇ, ਉਹ ਇਹਦੇ ਉੱਪਰ ਲੱਗਾ ਹੁੰਦਾ ਰਿੰਗ ਦੇ, ਔਰ ਉਹਦੀ ਪ੍ਰੋਪਰ ਫਿਟਿੰਗ ਨਹੀਂ ਹੁੰਦੀ, ਉਹਦੇ ਵਿੱਚ ਕੀ ਹੁੰਦਾ ਏਸੀ ਦੀ ਹਵਾ ਲੀਕ ਕਰਦੀ ਰਹਿੰਦੀ ਹੈ, ਜਾਂ ਤੁਸੀਂ ਕਹਿ ਲਓ ਉਹਦੀ ਫਿਟਿੰਗ ਦੇ ਵਿੱਚ ਪ੍ਰੋਬਲਮ ਆ ਕੇ ਏਸੀ ਦੀ ਹਵਾ ਵੀ ਨਹੀਂ ਪ੍ਰੋਪਰ ਆਉਂਦੀ, ਤਾਂ ਪਾਣੀ ਵੀ ਲੀਕ ਕਰਨ ਲੱਗ ਪੈਂਦਾ ਗਰਮੀਆਂ ਦੇ ਵਿੱਚ। ਤਾਂ ਹੁਣ ਆਹ ਦੇਖੋ 0-0 ਫਿਟਿੰਗ ਦੇ ਵਿੱਚ ਆ ਗਿਆ ਆਪਣੇ ਕੋਲ, ਠੀਕ ਹੈ। ਇਹਦੀ ਕਿਤੋਂ ਵੀ ਫਿਟਮੈਂਟ ਆਊਟ ਨਹੀਂ ਹੈ, ਕਿਤੋਂ ਵੀ ਕੁਛ ਵੀ ਆਊਟ ਨਹੀਂ, ਇਹਨੂੰ ਜਿੱਦਾਂ ਮਰਜ਼ੀ ਅਸੀਂ ਹਿਲਾ ਲਈਏ ਇਹ ਨਹੀਂ ਹਿੱਲੇਗਾ। ਹਾਂ ਇਹਦੇ ਵਿੱਚ ਕੋ ਨਾ ਕੋਈ ਏਸੀ ਦੀ ਹਵਾ ਲੀਕ ਹੋਏਗੀ, ਨਾ ਕੋਈ ਪਾਣੀ ਲੀਕ ਹੋਏਗਾ। ਕਿੰਨੇ ਕਿਤੇ ਹੁੰਦੇ ਆ ਬਾਈ ਫਿਰ ਇਹ ਜਿਹੜੇ ਹੈਗੇ ਆ 3K ਦੇ ਵਿੱਚ ਆ, ਇਹਦੇ ਵਿੱਚ ਤੁਹਾਨੂੰ ਆਹ ਵਾਲਾ ਸੈਟ ਆਫ 10 ਆਉਂਦਾ ਆ, ਇਹਦੇ ਵਿੱਚ ਫੁੱਟ ਲਾਈਟ ਨਾਲ ਆਉਂਦੀ ਆ, ਉਹ ਸੈਟ ਮਿਲੇਗਾ 8600 ਰੁਪਏ ਦਾ, ਠੀਕ ਹੈ। ਮਤਲਬ ਸਾਰਾ ਲਾ ਲੂ ਕੇ ਪਏ ਆ, ਹੈ ਨਾ। ਇਸ ਕਰਕੇ ਇਹਦੇ ਸੀਟ ਕਵਰ ਫਿਰ ਕਿਹੜੇ ਪਾਏ ਆ? ਇਹ ਸੀਟ ਕਵਰ ਆਟੋਫੋਮ ਦੇ ਪਏ ਆ ਜੀ, ਠੀਕ ਹੈ। ਆਟੋਫੋਮ ਬ੍ਰਾਂਡ ਦੇ ਸੀਟ ਕਵਰ ਪਾਏ ਆ ਜੀ ਅਸੀਂ, ਇਹ ਹੁਣ ਬ੍ਰਾਂਡ ਆ ਬਾਹਰ, ਪਹਿਲਾਂ ਇਹ ਸਾਨੂੰ ਇੰਪੋਰਟ ਕਰਦਾ ਸੀ, ਹੁਣ ਬ੍ਰਾਂਡ ਨੇ ਬੰਦ ਕਰ ਦਿੱਤਾ ਬਾਹਰ ਸਮਾਨ ਦੇਣਾ, ਸਿਰਫ ਆਪਣੇ ਸਟੋਰਸ 'ਚ ਹੀ ਵੇਚਦੇ ਆ। ਤੇ ਇਹ ਬਾਈ ਫਿਰ ਕਿੰਨੇ ਕਿਤੇ ਪੈ ਜਾਂਦੇ ਆ? ਇਹ 10,000 ਦੇ ਉਦੋਂ ਪਏ ਸੀਗੇ, ਸ਼ੁਰੂ ਹੋ ਜਾਂਦੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਬਾਈ। ਇਹ ਪਿੱਛੋਂ ਤੁਸੀਂ ਦੇਖ ਸਕਦੇ ਸਾਰੀ ਮੈਟਿੰਗ ਵਗੈਰਾ ਗੱਡੀ ਦੀ ਇਹਦੀ ਵੀ ਹੋਈ ਹੋਈ ਹੈ, ਤੇ ਆਰਮ ਰੈਸਟ ਵਗੈਰਾ ਵੱਖਰੇ ਵੱਖਰੇ ਡਿਜ਼ਾਈਨਾਂ ਦੇ ਹੁੰਦੇ ਆ, ਬਾਈ ਨੇ ਆਪਣੇ ਤਰੀਕੇ ਦੇ ਰੱਖੇ ਹੋਏ ਆ, ਠੀਕ ਹੈ। ਤੇ ਸ਼ਰੂਫਾਂ ਨਹੀਂ ਅਜੇ ਕਿਸੇ ਨੇ ਕਰਾਈਆਂ, ਨਹੀਂ ਕਰਾਈ ਬਾਈ, ਉਹ ਵੀ ਵਧੀਆ ਚੀਜ਼ ਹੈ, ਉਹ ਕਰਾ ਲੈਣੀ ਚਾਹੀਦੀ ਹੈ, ਕਿਉਂਕਿ ਉਹਦੇ ਨਾਲ ਏਸੀ ਦੀ ਕੂਲਿੰਗ ਵੀ ਵੱਧ ਜਾਂਦੀ ਹੈ, ਠੀਕ ਹੈ, ਤੁਹਾਡਾ ਇੰਟੀਰੀਅਰ ਹੋਰ ਸਾਊਂਡ ਪਰੂਫ ਹੋ ਜਾਂਦਾ, ਡੈਂਪਿੰਗ ਵੀ ਜ਼ਰੂਰੀ ਹੁੰਦੀ ਹੈ ਬੇਸਿਕਲੀ, ਪਰ ਚਲੋ ਹਰੇਕ ਦਾ ਬਜਟ ਹੁੰਦਾ ਵੀ ਕਿਸੇ ਨੇ ਕਿੱਦਾਂ ਕਰਾਉਣੀ ਹੈ ਕਿੱਦਾਂ ਨਹੀਂ, ਕਿਉਂਕਿ ਸਪੀਕਰਾਂ ਸਰ ਹੁਣ ਇਹ 'ਚ ਆਡੀਓ ਬਾਈ ਨੇ ਥੋੜ੍ਹਾ ਜਿਹਾ ਅਪਡੇਟ ਕਰਾਇਆ ਹੋਇਆ, ਉਹਦੇ ਕਰਕੇ ਫਰਕ ਹੈ, ਅਤੇ ਆਓ ਹੋਰ ਆਪਾਂ ਤੁਹਾਨੂੰ ਸਾਈਡ ਦਿਖਾ ਦਿੰਦੇ ਹਾਂ। ਅਤੇ ਇਸ ਕਰਕੇ ਬਾਈ ਬਜਟ ਤੁਸੀਂ ਆਪਣੇ ਆਪਣੇ ਲੈ ਕੇ ਚੱਲਿਆ ਕਰੋ, ਹਾਂ ਇੱਕੋ ਵਾਰੀ 'ਚ ਕੰਮ ਨਹੀਂ ਕਰਾਉਣਾ, ਥੋੜ੍ਹਾ ਥੋੜ੍ਹਾ ਕਰਕੇ ਕਰਾ ਲਓ, ਥੋੜ੍ਹਾ ਕਰਕੇ ਕਰਾ। ਬਾਈ ਇਹਨੂੰ ਕੀ ਕੀਤਾ, ਸਟਾਕ ਹੈ? ਇਹ ਸਟਾਕ ਦੇ ਵਿੱਚ ਬੇਸਿਕ ਰੇਂਜ ਦੇ ਵਿੱਚ ਅਸੀਂ ਕਹਿ ਸਕਦੇ ਹਾਂ। ਅੱਜ ਕੱਲ੍ਹ ਕਿੰਨੇ ਕੀ ਦੀ ਹੈ ਇਹ ਲਾਈਟ ਦੀ? 5,000 ਰੁਪਏ ਦੀ ਲਾਈਟ ਹੈ। ਫਸਟ ਆਫ ਆਲ ਇਹਦੀ ਕੋਈ ਗਰੰਟੀ ਨਹੀਂ ਹੈਗੀ, ਕੁਛ ਨਹੀਂ ਹੈਗਾ। ਹਾਂ ਇਹਦੀ ਕੋਈ ਗਰੰਟੀ ਨਹੀਂ ਹੈਗੀ। ਇਹ ਬਾਈ ਇਹ ਹਨੀਕੋਮ ਲਾਈਟਸ ਹੈ ਜੀ, ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡਿੰਗ ਆ, ਲੋਕ ਬਹੁਤ ਲਵਾਉਂਦੇ ਆ, ਪਸੰਦ ਕਰਦੇ ਆ, ਸਸਤੀ ਰੇਂਜ ਦੇ ਵਿੱਚ ਹੈ, 6200 ਦੇ ਵਿੱਚ ਹੈ। ਇਹਦੇ ਵਿੱਚ ਇੱਕ ਪੱਤੀਆਂ ਅਲੱਗ ਲੱਗਦੀਆਂ ਸਰ, ਇਹ ਥਾਰ ਦੀਆਂ ਪ੍ਰੋਪਰ ਆਉਂਦੀਆਂ ਆ, 850-900 ਦੇ ਵਿੱਚ ਪੱਤੀਆਂ ਹੋਣਗੀਆਂ, ਫਿਰ ਵਾਇਰਿੰਗ ਦਾ ਸਵਿੱਚ ਦੇ ਜੋ ਵੀ ਸਿੰਪਲ ਹੈ ਬਾਈ। ਇੱਥੇ ਬਾਹਲਾ ਕੁਛ ਨਹੀਂ ਕੀਤਾ ਹੋਇਆ, ਜਸਟ ਇਹ ਲਾਈਕ ਸਿੰਪਲ ਬਾਈ ਨੇ ਸਟਾਕ ਦੀ ਰੱਖੀ ਹੋਈ ਹੈ, ਇਸ ਕਰਕੇ ਤੁਸੀਂ ਇਹ ਵੀ ਚੀਜ਼ਾਂ ਕਰਾ ਸਕਦੇ ਹੋ। ਇਹ ਸੀਗੀਆਂ ਸਾਡੀਆਂ ਐਕਚੁਅਲ ਵਾਲੀਆਂ ਮੋਡੀਫਾਈਡ, ਜਿਹੜੀਆਂ ਕਿ ਅਫੀਸ਼ਲੀ ਬਾਈ ਉਹਨਾਂ ਨੇ ਬੜੇ ਸ਼ੌਂਕ ਨਾਲ ਕੀਤੀਆਂ ਉਹ ਥਾਰਾਂ। ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦੀਆਂ ਲੱਗੀਆਂ, ਮੋਟਾ ਮੋਟਾ ਬਜਟ ਦੱਸ ਦਈਏ। ਟਾਇਰ ਲੋਏ ਨੂੰ ਛੱਡ ਕੇ ਤੇ ਇਹਦੇ ਤੇ ਕੋਈ 3.5-3 ਲੱਖ ਦੇ ਏੜ ਗੇੜ ਲੱਗਿਆ ਹੋਊਗਾ, ਠੀਕ ਹੈ, ਉਹਦੇ ਤੇ ਕੋਈ 3.5-3 ਲੱਖ ਲੱਗਿਆ ਹੋਊਗਾ। ਇੱਕ ਆਈਡੀਆ ਪ੍ਰਾਈਜ਼ ਨੇ, ਇਕੱਠੇ ਨਹੀਂ ਕੋਈ ਲਵਾ ਸਕਦਾ, ਇਸ ਕਰਕੇ ਥੋੜ੍ਹੇ ਥੋੜ੍ਹੇ ਕਰਕੇ, ਪਰ ਕਨਸੈਪਟ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਕਿ ਸਾਨੂੰ ਆਹ ਚੀਜ਼ ਤਿਆਰ ਕਰਨੀ ਹੈ। ਬੇਸਿਕਲੀ ਬਾਈ ਇਹ 18 ਬਾਈ ਹੁਣਾਂ ਦੀਆਂ ਸੀਗੀਆਂ, ਅਤੇ ਬਾਈ ਕਿਵੇਂ ਲੱਗਿਆ ਕੰਮ ਕਰਕੇ? ਅਤੇ ਪਹਿਲੀ ਗੱਲ ਲੱਭੀ ਕਿਵੇਂ ਦੁਕਾਨ? ਤੁਹਾਨੂੰ ਲੱਗਿਆ ਹੁਸ਼ਿਆਰਪੁਰ ਸਮਾਨ ਮਿਲ ਜੂ?
ਹਾਂਜੀ ਭਾਜੀ ਹੁਣ ਇਹ ਪਹਿਲਾਂ ਪੁਰਾਣੇ ਜਾਣਦੇ ਸਾਨੂੰ, ਠੀਕ ਹੈ ਭਾਜੀ ਹੁਣ ਮੈਨੂੰ 1.5-2 ਸਾਲ ਪਹਿਲਾਂ ਦੇ ਜਾਣਦੇ ਆ, ਹੋਰ ਵੀ ਮੈਂ ਗੱਡੀਆਂ ਕਸਟਮਾਈਜੇਸ਼ਨ ਜਿਹੜੀ ਭਾਈ ਤੋਂ ਕਰਵਾਉਂਦਾ ਰਹਿੰਦਾ ਹੁੰਦਾ। ਠੀਕ, ਕਿਵੇਂ ਲੱਗਦਾ ਫਿਰ ਬਾਈ ਨਾਲ ਕੰਮ ਕਰਕੇ? ਠੀਕ ਹੈ, ਮਹਿੰਗਾ ਤਾਂ ਨਹੀਂ ਲਾਉਂਦਾ? ਮਾਰਗਾ ਸਾਡਾ ਤਾਂ ਆਪਸ ਮੇਂ ਨਹੀਂ, ਉਹ ਮਹਿੰਗਾ ਤਾਂ ਨਹੀਂ ਲਾਉਂਦਾ ਰੇਟ? ਨਹੀਂ ਨਹੀਂ, ਪੂਰਾ ਜੈਨੂਅਨ ਕੰਮ ਹੈ ਭਾਈ। ਤੁਸੀਂ ਦੱਸੀ ਕਿਉਂਕਿ ਵਿਊਜ਼ ਨੇ ਇਹ ਤਾਂ ਸਮਝਣ ਗਏ ਜਾਣ ਕੇ ਵੀਡੀਓ ਬਣਾ ਰਿਹਾ। ਨਹੀਂ ਨਹੀਂ, ਮੈਨੂੰ ਜੈਨੂਅਨ ਵਾਂਝਾ ਲੱਗਿਆ, ਮੈਂ ਕਿਹਾ ਜਦੋਂ ਰਿਵਿਊ ਦੇਣੇ ਪੈਂਦੇ ਆ ਵੀ ਕਿਵੇਂ ਲੱਗਦਾ। ਮੈਂ ਤਾਂ ਭਾਈ ਇਹ ਰਿਕਮੈਂਡ ਕਰ, ਜਿਹੜਾ ਬੰਦਾ ਜਲੰਧਰ ਜਾ ਰਿਹਾ ਉਹ ਜਲੰਧਰ ਛੱਡ ਕੇ ਇੱਥੇ ਆਵੇ, ਉਹਨਾਂ ਨੂੰ ਪਤਾ ਲੱਗ ਜਾਊਗਾ ਚੀਜ਼ ਜੈਨੂਅਨ ਆ ਕਿ ਨਹੀਂ ਹੈਗੀ। ਠੀਕ ਹੈ, ਇੱਥੇ ਭਾਈ ਦਾ ਇੱਦਾਂ, ਭਾਈ ਦੀ ਦੁਕਾਨ ਚਾਹੇ ਇੱਕ ਇਕੱਲੀ ਇੱਥੇ ਆ, ਬਟ ਭਾਈ ਦਾ ਭਰਾ ਵਾਂਗੂ ਆ, ਕਿਸੇ ਦਾ ਵੀ ਕਸਟਮਰ ਡੀਲਿੰਗ ਆ, ਰੇਟਸ ਆ, ਉਹ ਪਹਿਲਾਂ ਕਲੀਅਰ ਕਰ ਦਿੰਦੇ ਵੀ ਆਹ ਚੀਜ਼ ਇੰਨੇ ਦੀ, ਆਪਣਾ ਮਾਰਜਨ ਦੱਸ ਕੇ ਲਓਗੇ ਭਾਜੀ, ਇਹ ਨਹੀਂ ਵੀ ਤੁਹਾਨੂੰ ਕਹੋਗੇ ਮੈਂ ਇੰਨਾ ਮਾਰਜਨ ਲੈਣਾ। ਵਧੀਆ ਗੱਲ ਤੇ, ਪਰ ਚਲੋ ਵਧੀਆ ਲੱਗਾ ਤੁਸੀਂ ਇੱਥੇ ਸੀ, ਮੈਂ ਕਿਹਾ ਚਲੋ ਜਿਹੜਾ ਬੰਦਾ ਬੋਲ ਸਕਦਾ ਉਹ ਤਾਂ ਜ਼ਰੂਰ ਬੋਲਦਾ। ਥੈਂਕ ਯੂ ਸੋ ਮਚ ਭਾਈ, ਤੁਹਾਨੂੰ ਅੰਦਰ ਹੋਰ ਵੀ ਚੀਜ਼ਾਂ ਦਿਖਾ ਦਿੰਦੇ ਹਾਂ ਅਸੀਂ, ਅਤੇ ਜਿਹੜੇ ਕਿ ਇਹਨਾਂ ਦਾ ਬਾਈ ਹੁਣਾਂ ਦਾ ਵੈਸੇ ਸਟੋਰ ਆ ਜਾਓ। ਬੇਸਿਕਲੀ ਇਹ ਅੰਦਰੋਂ ਸਟੋਰ ਸ਼ੁਰੂ ਹੋ ਜੂਗਾ, ਵੈਸੇ ਬਾਈ ਦੇ ਮੈਂ ਦੱਸਿਆ ਸੀ ਗੋਡਾਊਨ ਵਗੈਰਾ ਵੀ ਅਵੇਲੇਬਲ ਆ, ਸਮਾਨ ਅੱਗੇ ਪਿੱਛੇ ਵੀ ਪਿਆ ਹੁੰਦਾ। ਹਾਂ, ਕਈ ਵਾਰੀ ਕੋਈ ਸਪੈਸ਼ਲ ਚੀਜ਼ ਕੋਈ ਡਿਮਾਂਡ ਕਰਨ ਲੱਗੇ ਹਨਾ, ਉਹ ਬੰਪਰ ਤੁਸੀਂ ਦੇਖ ਸਕਦੇ ਹੋ, ਵੱਖਰੇ ਵੱਖਰੇ ਬੰਪਰ ਪਏ ਹੋਏ ਨੇ ਹਨਾ, ਇਹ ਪ੍ਰੋਮੈਨ ਦੇ ਬੰਪਰ ਪਏ, ਬੰਪਰ ਪਿਆ ਹੋਇਆ ਉੱਪਰ, ਥੱਲੇ ਬੋਲਹਾਂ ਦਾ ਰੂਬੀਕੋਨ ਵਾਲਾ ਜਿਹੜਾ ਆਪਾਂ ਲਾਸਟ ਵੀਡੀਓ ਦਿਖਾਇਆ ਗਿਆ, ਉਹ ਵੀ ਅਵੇਲੇਬਲ, ਉਹ ਵੀ ਅਵੇਲੇਬਲ ਹੀ ਹੁੰਦਾ, ਇਹ ਸਟਾਕ 'ਚ ਹੀ ਹੁੰਦਾ, ਸਟਾਕ 'ਚ ਹੀ ਹੁੰਦਾ। ਠੀਕ ਹੈ, ਇੱਧਰ ਇਹ ਗ੍ਰਿਲਸ ਆ ਗਈਆਂ ਬੋਲਹਾਂ ਵਗੈਰਾ ਦੀਆਂ, ਇਹ ਬੋਲਹਾਂ ਦੀ ਗ੍ਰਿਲ ਆ ਗਈ ਜੀ, ਰੂਬੀਕੋਨ 2024 ਦੀ ਹੈ, ਹਲੇ ਤਾਂ ਗ੍ਰਿਲ ਨਹੀਂ ਲੱਗੀ। ਲੇਕਿਨ ਇਹ ਕਿੰਨੀ ਕੋਸਟ ਕਰਦੀ ਵੈ? ਇਹ 11,500 ਰੁਪਏ ਦੀ ਗ੍ਰਿਲ ਹੈ ਜੀ ਆਹ ਵਾਲੀ। ਓਕੇ, ਠੀਕ ਹੈ ਬਾਈ, ਫਰਕ ਆ ਜਾਂਦਾ। ਇਹ ਸੀਟ ਕਵਰ ਵਗੈਰਾ ਤੁਸੀਂ ਦੇਖ ਸਕਦੇ ਹੋ, ਹਰੇਕ ਚੀਜ਼ ਗੱਡੀ ਲਈ ਅਵੇਲੇਬਲ ਹੈ। ਭਲੇ ਇਹ ਨਾ ਸੋਚਿਓ ਵੀ 18 ਦਾ ਇੱਥੇ ਅਸੈਸਰੀ ਹੈ, ਇੱਥੇ ਹਰੇਕ ਗੱਡੀ ਦੀ ਅਸੈਸਰੀ ਮਿਲਦੀ ਹੈ, ਜਿਹਦੇ ਕਿ ਤੁਸੀਂ ਹਨਾ ਕਿਸੇ ਗੱਡੀ ਦੀ ਵੀ ਕਰਾ ਦਿਓ। ਬਾਈ ਹੁਣਾਂ ਨੇ ਇੱਕ ਨਵਾਂ ਕਨਸੈਪਟ ਵੀ ਸ਼ੁਰੂ ਕੀਤਾ ਵਾ, ਜਿਹੜੀ ਤੁਸੀਂ ਗੱਲ ਕਰਦੇ ਸੀ ਗੱਡੀ ਨੂੰ ਅਪਗ੍ਰੇਡ ਕਰਨ ਦਾ, ਲਾਈਕ ਵੀ ਉਹ ਜਿਹਦੇ ਵਿੱਚ ਤੁਸੀਂ ਕਹਿੰਦੇ ਵੀ ਸਾਡੇ ਕੋਲੇ ਜਿੱਦਾਂ ਬੇਸ ਮਾਡਲ ਤੁਸੀਂ ਲੈ ਕੇ ਆ ਸਕਦੇ ਕਾਰ, ਉਹਦੇ ਵਿੱਚ ਆਪਾਂ ਟਾਪ ਮਾਡਲ ਦਾ ਸਾਰਾ ਸਮਾਨ ਫਿੱਟ ਕਰ ਸਕਦੇ ਹਾਂ, ਸੀਟ ਕਵਰ, ਸਟੀਰੀਓ, ਆਰਮਰੈਸਟ ਸਾਰਾ ਹੀ ਮਿਲ ਜਾਂਦਾ। ਤੁਸੀਂ ਦੇਖ ਸਕਦੇ ਹੋ, ਉਹ ਵੀ ਦਿਖਾ ਦਿੰਦੇ ਆ ਬਾਈ, ਜਿੱਦਾਂ ਹੁਣ ਤੁਸੀਂ ਆਹ ਦੇਖ ਸਕਦੇ ਹੋ ਚੀਜ਼ਾਂ ਛੋਟੀਆਂ ਛੋਟੀਆਂ, ਇਹ ਕਿਹੜੀ ਗੱਡੀ ਦਾ ਹੈ? ਇਹ ਹਾਈ ਕ੍ਰੋਸ ਦਾ ਹੈ ਜੀ, ਟੋਇਟਾ ਹਾਈ ਕ੍ਰੋਸ, ਜਿਹੜੀ ਗੱਡੀ ਇਸ ਟਾਈਮ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ। ਇਹ ਉਹਦੀਆਂ ਓਰਿਜਿਨਲ DRLs ਆ, ਨਾਲ ਇਹਦੇ ਆਹ ਬਲੌਕਸ ਆਉਂਦੇ ਆ, ਇਹਦੇ ਪ੍ਰੋਪਰ ਹਾਈ ਕ੍ਰੋਸ ਦਾ ਸਾਰਾ ਸਮਾਨ ਸਾਡੇ ਕੋਲ ਅਵੇਲੇਬਲ ਹੈ। ਠੀਕ ਹੈ, ਇਹ ਆਰਮਰੈਸਟ ਓਰਿਜਿਨਲ ਆ ਗਏ? ਇਹ ਓਰਿਜਿਨਲ ਆਰਮਰੈਸਟ ਆ ਗਏ, ਇਹ ਆ ਗਿਆ ਬ੍ਰੀਜ਼ਾ 2022 ਦਾ, ਉਹ ਆ ਗਿਆ ਬਲੇਨੋ ਫ੍ਰਾਂਕਸ ਦਾ, ਸਾਰੀਆਂ ਗੱਡੀਆਂ ਮਿਲ ਜਾਂਦੀਆਂ, ਸਾਰੀਆਂ ਗੱਡੀਆਂ ਦੇ ਓਰਿਜਿਨਲ ਜਿਨ੍ਹਾਂ ਦੇ ਆਉਂਦੇ ਆ ਕੰਪਨੀ ਵੱਲੋਂ। ਠੀਕ ਹੈ, ਉਹ ਥਾਰ ਦਾ ਹਨਾ? ਉਹ ਥਾਰ ਦਾ, ਹਾਂਜੀ। ਇਹ ਬਾਈ ਫਿਰ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦਾ ਇਹ ਵਾਲਾ ਆਰਮਰੈਸਟ? ਇਹ ਅਲੱਗ ਅਲੱਗ ਰੇਟ ਆ, ਇੱਕ 42 ਦਾ, ਇੱਕ 45 ਦਾ, ਜਿਹੜਾ ਪ੍ਰਾਈਸ ਆ ਜਿਹੜਾ ਆਰਟਿਕਾ ਦਾ ਵੱਡਾ ਹੁੰਦਾ ਹੈ, ਉਹ 6,500-7,000 ਦੀ ਰੇਂਜ ਦੇ ਵਿੱਚ ਆਉਂਦਾ ਹੈ ਜਾਂਦਾ। ਇਹ ਸੀਟ ਕਵਰਸ ਦੇ ਡਿਜ਼ਾਈਨ ਆ ਬਾਈ ਕਰੇਟਾ ਲਈ ਪਏ ਨੇ ਹਨਾ, ਜਿੱਦਾਂ ਸੀਟਾਂ ਦੇ ਵੱਖਰੇ ਵੱਖਰੇ, ਇਹ ਤੁਸੀਂ ਕਿਸੇ ਵੀ ਗੱਡੀ ਦਾ ਚਾਹੋ ਇੱਥੇ ਰੈਡੀ ਸਟਾਕ 'ਚ ਹੁੰਦਾ ਹੈ ਸਮਾਨ। ਹਾਂ, ਕਿਤੇ ਹੀ ਆ ਕੋਈ ਸ਼ੋਰਟੇਜ ਹੋਈ ਹੋਵੇ, ਕਿਉਂਕਿ ਆਪਾਂ ਬਾਹਲੇ ਪੀਸ ਤਾਂ ਰੱਖਦੇ ਨਹੀਂ, ਹਰੇਕ ਬੰਦਾ 2-2, 4-4 ਪੀਸ ਹੀ ਹੁੰਦੇ ਆ, ਇਸ ਕਰਕੇ ਕਈ ਵਾਰੀ ਉਹ ਲੱਗ ਜਾਂਦੇ ਆ। ਇਹ ਮੈਟ ਵਗੈਰਾ ਆ ਗਏ ਹਨਾ, ਟ੍ਰੇ ਮੈਟ ਕਹਿ ਦਿੰਦੇ ਆ, ਟ੍ਰੇ ਮੈਟ ਅੱਜ ਕੱਲ ਬਹੁਤ ਸੁਪੀਰੀਅਰ ਕੁਆਲਿਟੀ ਆਈ ਹੈ। 70 ਦੇ ਵਿੱਚ ਕੀ ਸੀਗਾ, ਆਪਾਂ ਨੂੰ ਗ੍ਰਾਸ ਮੈਟ ਦੀ ਕੰਪਲੇਂਟ ਆ ਰਹੀ ਸੀ ਬਹੁਤ ਜ਼ਿਆਦਾ। ਠੀਕ ਹੈ, ਕਸਟਮਰ ਦਾ 1-1.5 ਸਾਲ ਬਾਅਦ ਗ੍ਰਾਸ ਮੈਟ ਉੱਪਰ ਵਾਲਾ ਫੜ ਜਾਂਦਾ ਜੀ। ਇਹ ਲਾਈਫ ਲੌਂਗ ਮੈਟ ਆ ਗਿਆ ਜੀ, ਇਹਦੀ ਤੁਸੀਂ ਕੁਆਲਿਟੀ ਦੇ ਸਕਦੇ ਹੋ। ਇਹ ਮੈਂ ਵੀ ਗੱਡੀ 'ਚ ਇਹੋ ਯੂਜ਼ ਕਰਨ ਡਿਆ ਮੈਂ, ਬੇਸਿਕਲੀ ਵਧੀਆ ਚੀਜ਼ ਆ, ਪਾਣੀ ਵੀ ਡੋਜੇ ਕੁਛ ਨਹੀਂ ਦਾ। ਇਹ ਸੀਟ ਕਵਰ ਹੋਰ ਤਰੀਕੇ ਦੇ ਵੀ ਆ ਜਾਂਦੇ ਆ, ਇਹ ਸਪੀਕਰਸ ਵਗੈਰਾ ਆ ਗਏ, ਇਹ ਅੰਡਰ ਪਲੇਟਸ ਆ ਗਈਆਂ ਹਨਾ ਸਾਰੀਆਂ, ਥਾਰ ਦੀਆਂ ਸਾਰੀਆਂ, ਫਰੰਟ ਰੇਡੀਏਟਰ ਪਲੇਟ ਕਹਿ ਦਿੰਦੇ ਆ। ਠੀਕ ਹੈ, ਇਹ ਪਿਛਲੀ ਅਸੀਂ ਫੁੱਲ ਅੰਡਰ ਬਾਡੀ ਕਿੱਟ ਕਹਿ ਦਿੰਦੇ ਆ, ਪਿੱਛੇ ਤੱਕ ਆਏਗੀ 3 ਪੀਸ। ਇਹ ਕਿੰਨੇ ਦਾ ਸੈੱਟ ਹੁੰਦਾ ਬੇਸਿਕਲੀ? ਜਿਹੜੀ ਆਹ ਵਾਲੀ ਕਿੱਟ ਹੈ 15,000 ਰੁਪਏ ਦਾ ਸੈੱਟ ਹੋਏਗਾ। ਠੀਕ ਹੈ, ਜਿਹੜੀ ਆ ਫਰੰਟ ਵਾਲੀ ਹੈ ਪਰਾੜ ਦੇਣੀ ਹੈ, ਜੇ ਪਰਾੜ 'ਚ ਲੈਣੀ ਹੈ 7500 ਦੀ, ਬੁਲਹਾਂ 'ਚ ਲੈਣੀ ਹੈ 5500 ਦੀ। ਮਤਲਬ ਬੇਸਿਕਲੀ 4x4 ਆਫ ਰੋਡ ਦੀ ਆਈ ਆ, ਇਹ ਆਏਗੀ ਆਪਾਂ ਨੂੰ 5000 ਰੁਪਏ ਦੇ। ਬੇਸਿਕਲੀ ਗੱਲ ਕੀਤੀ ਜਾਵੇ, ਚੀਜ਼ ਬ੍ਰਾਂਡ ਦੀ ਹੀ ਲੱਗਣੀ ਚਾਹੀਦੀ ਆ। ਹਾਂ, ਉਹਦੇ ਵਿੱਚ ਬ੍ਰਾਂਡਾਂ ਦੇ ਆਪੋ ਆਪਣੇ ਕੁਆਲਿਟੀ ਦਾ ਅਤੇ ਪ੍ਰਾਈਜ਼ ਦਾ ਫਰਕ ਹੁੰਦਾ, ਉਹ ਤੁਸੀਂ ਬਜਟ ਦੇ ਹਿਸਾਬ ਨਾਲ ਵੇਖ ਸਕਦੇ ਹੋ। ਹੁਣ ਅੰਦਰ ਦੀ ਗੱਲ ਕਰ ਲਈਏ, ਥੋੜ੍ਹਾ ਅੰਦਰ ਵੀ ਚੱਲਦੇ ਹਾਂ ਹਨਾ, ਆ ਜਾਓ। ਅਤੇ ਬੇਸਿਕਲੀ ਅੰਕਲ ਜ਼ਿਆਦਾ ਅੰਦਰ ਡੀਲ ਕਰਦੇ ਆ, ਅਤੇ ਅੰਕਲ ਨੂੰ ਅਸੀਂ ਆਲਵੇਜ਼ ਬਾਅਦ 'ਚ ਹੀ ਲੈਂਦੇ ਹੁੰਦੇ ਹਾਂ। ਅੰਕਲ ਜੀ, ਹੈਲੋ ਕਰ ਦਿਓ ਮੇਰੇ ਵਿਊਵਰਸ ਨੂੰ। ਹੈਲੋ ਜੀ, ਸੈਟਅਪ ਆ ਗਿਆ ਸਾਡਾ ਅੰਦਰ ਦਾ, ਅਸੀਂ ਆਲਵੇਜ਼ ਦਿਖਾਉਂਦੇ ਰਹਿੰਦੇ ਹਾਂ, ਠੀਕ ਆ, ਵੀ ਕੀ ਨਵਾਂ ਚੱਲ ਰਿਹਾ। ਹੁਣ ਜਿਹੜੀ ਅੱਗੇ ਗੱਲ ਕਰਦੇ ਸੀ, ਜਿਹੜੇ ਲਾਈਟਾਂ ਨਹੀਂ ਚੇਂਜ ਕਰਨਾ ਚਾਹੁੰਦੇ ਹਨਾ, ਉਹਨਾਂ ਵਾਸਤੇ ਇਹ LEDs ਆ ਗਈਆਂ। ਠੀਕ ਹੈ, ਇਹ ਗਰੰਟੀ ਵਰੰਟੀ ਵਾਲੀਆਂ ਨੇ ਕਿ ਜਾਂ ਨੋਰਮਲ? ਇਹ ਸਾਰੀ ਗਰੰਟੀਆਂ ਵਾਲੀਆਂ, ਤੁਸੀਂ ਦੇਖ ਸਕਦੇ ਲੂਮੈਕਸ ਦੇਖ ਸਕਦੇ ਹੋ, ਮੈਕਸ ਲਿੰਕ ਦੇਖ ਸਕਦੇ ਹੋ,
ਮੋਬਿਲ ਆਡੀਓ ਆ ਗਈ ਆਪਣੀ, ਹਾਈਪਰਸੋਨਿਕ ਆ ਗਈ, ਨਿਪੋਨ ਆ ਗਈ, ਸਾਰੇ ਬ੍ਰਾਂਡਡ ਆ ਜਾਂਦੀਆਂ ਹਾਂ, ਸਾਰੀਆਂ ਗੱਡੀਆਂ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਬੇਸਿਕਲੀ ਇਹ ਜੀ, ਇਹ ਹਰ ਇੱਕ ਚੀਜ਼ ਕੁਆਲਿਟੀ ਤੇ ਡਿਪੈਂਡ ਕਰਦੀ ਹੈ। ਬੇਸਿਕ ਐਲਈਡੀ ਜਿਹੜੀ ਅੱਛੀ ਕੁਆਲਿਟੀ ਦੀ ਐਲਈਡੀ ਹੈ 5500 ਤੋਂ ਸਟਾਰਟ ਹੋ ਜਾਂਦੀ ਹੈ ਵਿਦ ਵਾਰੰਟੀ ਆਉਂਦੀ ਹੈ 1.5 ਈਅਰ ਦੀ। ਉਸ ਤੋਂ ਉੱਪਰ ਵਾਲੀ ਰੇਂਜ ਆ ਗਈ ਜਿੱਦਾਂ ਮੈਕਸ ਲਿੰਕ ਦੇ ਵਿੱਚ ਆ ਗਈ 2 ਈਅਰ ਵਾਰੰਟੀ ਆ ਗਈ, ਇਹਦੇ ਲੂਮੈਕਸ ਦੇ ਵਿੱਚ 2 ਈਅਰ ਵਾਰੰਟੀ ਆ ਗਈ, ਹਾਈਪਰਸੋਨਿਕ ਦੇ ਵਿੱਚ 2 ਈਅਰ ਵਾਰੰਟੀ ਆ ਗਈ। ਖਰਾਬ ਹੋ ਗਈ ਤਾਂ ਚੇਂਜ ਹੋ ਜਾਂਦੀ, ਹਾਂ ਖਰਾਬ ਹੋ ਜਾਂਦੀ ਤਾਂ ਚੇਂਜ ਹੋ ਜਾਂਦੀ। ਇਹ ਇਹਦੀ ਲਾਈਟ ਵਾਈਟ ਹੀ ਹੁੰਦੀ ਹੈ, ਇਹਦੀ ਪਿਓਰ ਵਾਈਟ ਲਾਈਟ ਹੁੰਦੀ ਹੈ, ਯੈਲੋ 'ਚ ਨਹੀਂ ਆਉਂਦੀ, ਯੈਲੋ 'ਚ ਨਹੀਂ ਆਉਂਦੀ। ਹੁਣ ਨਵਾਂ ਇੱਕ ਸਟਾਕ ਆਉਣਾ ਸ਼ੁਰੂ ਹੋਣਾ ਹੈ ਥੋੜ੍ਹੀ ਦੇਰ 'ਚ, ਟ੍ਰਾਈ ਕਲਰ ਉਹਦੇ ਵਿੱਚ ਆ ਜਾਂਦੇ, 3 ਕਲਰਸ ਹੋ ਜਾਂਦੇ, ਡਾਰਕ ਯੈਲੋ, ਓਕੇ, ਆਪਣਾ ਵਾਰਮ ਵਾਈਟ ਤਾਂ ਮਿਲਕ ਵਾਈਟ। ਚਲੋ ਉਹ ਕਸਟਮਰ ਸੀ ਜਿਹਦੀ ਹੋਵੇ ਉਹ ਸਾਰਾ ਚੱਲ ਜਾਂਦਾ ਹੈ ਨਾ। ਇੱਧਰ ਸੀਟ ਕਵਰਸ ਦੀ ਵਰਾਇਟੀ ਹੋਰ ਵੀ ਪਈ ਹੈ, ਜਸਟ ਤੁਹਾਨੂੰ ਗੇੜਾ ਕਢਾ ਦਿੰਦੇ ਹਾਂ, ਸਿਰਫ ਇਹ ਗੇੜਾ ਹੀ ਕਢਾਉਣ ਲੱਗਿਆ, ਮੇਨ ਸਾਡਾ ਅਟ੍ਰੈਕਸ਼ਨ ਸੀ ਅੱਜ ਬਾਹਰ ਦਾ ਹੀ ਹੈ ਨਾ। ਇਹ ਸਾਰੇ ਸੀਟ ਕਵਰਸ ਨੇ, ਠੀਕ ਹੈ, ਵੱਖਰੀਆਂ ਵੱਖਰੀਆਂ ਕਾਰਾਂ ਦੇ ਨੇ, ਅਤੇ ਤੁਸੀਂ ਕਿਸੇ ਵੀ ਗੱਡੀ ਦੇ ਲੈ ਸਕਦੇ ਹੋ। ਕਿੰਨਾ ਟਾਈਮ ਲਾਉਂਦੇ ਵੈਸੇ ਸੀਟ ਕਵਰ? ਸਰ ਸੀਟ ਕਵਰ ਜੇ ਨੋਰਮਲ ਆਪਾਂ ਫਿਟਿੰਗ ਕਰਵਾਉਣੀ ਹੋਵੇ, ਅੱਛੀ ਫਿਟਿੰਗ ਨੋਰਮਲ ਕਰਵਾਉਣੀ ਹੋਵੇ ਤਾਂ 1.5-2 ਘੰਟੇ ਦੇ ਵਿੱਚ ਹੋ ਜਾਂਦੀ ਹੈ। ਹਾਂ ਠੀਕ ਹੈ। ਤਾਂ ਜੇ ਤੁਸੀਂ ਬਕਟ ਫਿਟਿੰਗ ਪ੍ਰੋਪਰ ਕਰਾਉਣੀ ਹੈ, ਜਿੱਦਾਂ 5 ਸੀਟਰ ਕਾਰ ਨੂੰ ਟਾਈਮ ਲੱਗਦਾ 4-5 ਘੰਟੇ, 7 ਸੀਟਰ ਕਾਰ ਨੂੰ 6-7 ਘੰਟੇ ਲੱਗਦਾ, ਮਤਲਬ ਮੰਨ ਕੇ ਚਲੋ 5 ਘੰਟੇ ਲੈ ਕੇ ਆਵੇ ਬੰਦਾ, ਜਿਹੜੇ ਬਕਟ ਫਿਟਿੰਗ ਦੇ ਵਿੱਚ ਕਰਾਉਣੀ। ਠੀਕ ਹੈ। ਇਹ ਬਾਈ ਬਾਕੀ ਹੋਰ ਸਿਸਟਮ, ਮਿਊਜ਼ਿਕ ਸਿਸਟਮ ਵਗੈਰਾ ਕਾਫੀ ਕੁਛ ਇੱਥੇ ਪਿਆ, ਪਰ ਜਿਹੜੀ ਮੇਜਰ ਗੱਲ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਹੈ ਨਾ ਬਾਈ, ਇਹ ਸਾਰੇ ਆਪਣੇ ਕੋਲ ਆ ਗਏ ਵੱਡੇ ਬੂਫਰ, ਇੱਦਾਂ ਲਾਈਕ ਬ੍ਰਾਂਡਾਂ ਦੀ ਤੁਹਾਨੂੰ ਨਾਮ ਲੈਣ ਦੀ ਵੀ ਲੋੜ ਨਹੀਂ ਕਿਉਂਕਿ ਬਹੁਤ ਕੁਛ ਆ ਗਿਆ ਮਾਰਕੀਟ 'ਚ, ਪਰ ਸਾਰੇ ਬ੍ਰਾਂਡਿਡ ਚੀਜ਼ਾਂ ਹੀ ਇੱਥੇ ਅਵੇਲੇਬਲ ਆ। ਪਰ ਹੁਣ ਮੇਜਰ ਕੀ ਤੁਹਾਨੂੰ ਦਿਖਾਉਣ ਵਾਲੀ ਇੱਕ ਕੀ ਹੈਗੀ ਆ, ਤੁਸੀਂ ਆਓ ਬਾਈ ਇੱਧਰ ਨੂੰ ਮਾੜਾ ਜਿਹਾ। ਹੁਣ ਇਹ ਇੱਕ ਖਾਸ ਚੀਜ਼ ਹੈ, ਠੀਕ ਹੈ, ਸਾਰੀ ਥਾਰ ਦੀ ਅਸੈਸਰੀ ਹੈ, ਕਿਉਂਕਿ ਥਾਰ ਹੀ ਇਕਲੌਤੀ ਗੱਡੀ ਹੈ ਜਿੱਥੇ ਅਸੈਸਰੀ ਲੱਗ ਰਹੀ ਹੈ, ਬਾਕੀ ਗੱਡੀਆਂ ਇੱਧਰ ਛੋਟੀ ਛੋਟੀ ਅਪਡੇਸ਼ਨ ਆ, ਕਿਸੇ ਸੀਟ ਹੈ, ਕਿਸੇ ਮੈਟ ਆ, ਕਿਸੇ ਲਾਈਟ ਹੈ, ਕਿਸੇ ਸਪੀਕਰ ਨੇ, ਦੈਟਸ ਇਟ ਹੈ ਨਾ। ਉਹ ਚੀਜ਼ਾਂ ਤਾਂ ਇੱਥੇ ਆਮ ਅਵੇਲੇਬਲ ਨੇ, ਪਰ ਇਹ ਚੀਜ਼ਾਂ ਖਾਸ ਨੇ ਕਿਉਂਕਿ ਇਹ ਪਲੇਅਰ ਆ ਗਏ ਉੱਪਰ, ਠੀਕ ਹੈ, ਦੂਜੇ ਹੋ ਗਏ ਇਹ ਲਾਈਟਸ ਆ ਗਈਆਂ, ਠੀਕ ਹੈ, ਥਾਰ ਦੀਆਂ ਇਹ ਸਾਰੀਆਂ ਹੈ ਨਾ, ਸਾਰੀਆਂ ਥਾਰ ਦੀਆਂ ਆ ਗਈਆਂ, ਇਹ ਵੱਖਰੇ ਵੱਖਰੇ ਆ ਗਏ, ਇਹ ਬੈਕ ਲਾਈਟਸ ਆ ਗਈਆਂ, ਇਹ ਥੱਲੇ ਵਾਲੀ ਹੈ ਨਾ DRL ਆ ਗਈ, ਇਹ ਜਿਹੜੀਆਂ ਤੁਸੀਂ ਦਿਖਾਈਆਂ ਹਨ ਉਹ ਲੱਗੀਆਂ ਆ ਗਏ, ਰਿਫਲੈਕਟਰ ਆ ਗਿਆ, ਠੀਕ ਹੈ, ਇਧਰ ਇਹ ਏਸੀ ਵਿੰਡ ਪ੍ਰੋਪਰ ਫਿਟਿੰਗ ਦੇ ਵਿੱਚ ਆ ਗਏ, ਠੀਕ ਹੈ, ਇਹ ਇਧਰ ਆ, ਇਹ ਸੋਹਣੇ ਲੱਗਣੇ, ਇਹ ਇਹਦੇ ਵਿੱਚ ਕਲਰ 2 ਹੁੰਦੇ ਆ, ਠੀਕ ਹੈ, ਵਾਈਟ ਤਾਂ ਯੈਲੋ, ਇੱਕੋ ਲਾਈਟ ਜਿਹੜੀ ਹੈ ਇਹ ਵਾਈਟ ਵੀ ਚਲੇਗੀ ਤੇ ਯੈਲੋ ਵੀ ਚਲੇਗੀ, ਠੀਕ ਹੈ, ਇਹ ਅਸੈਸਰੀ ਆਪਣੇ ਕੋਲੇ ਆ ਗਈ ਹੈ ਨਾ, ਪ੍ਰੋਜੈਕਟਰ ਆ ਗਿਆ, ਇਹ ਦੂਜਾ ਆ ਗਿਆ, ਇਹ ਥੱਲੇ ਹੋਰ ਵੀ ਲਾਈਟਸ ਪਈਆਂ ਨੇ, ਹਾਂਜੀ, ਇਹ ਆ ਗਈਆਂ ਥੱਲੇ ਵਾਲੇ ਪ੍ਰੋਜੈਕਟਰਸ ਹੈ ਨਾ, ਇਹ ਹਾਂਜੀ, ਇਹ ਅੱਜ ਕੱਲ ਮੇਜਰ ਸਰ ਪ੍ਰੋਬਲਮ ਆ ਰਹੀ ਹੈ ਹਰ ਗੱਡੀ ਦੇ ਵਿੱਚ, ਹੈੱਡਲਾਈਟ ਦੇ ਵਿੱਚ, ਨਵੀਆਂ ਦੇ ਵਿੱਚ ਕਸਟਮਰ ਸੈਟਿਸਫਾਈ ਨਹੀਂ ਹੁੰਦਾ, ਕਿਉਂਕਿ ਪੁਰਾਣੀਆਂ ਗੱਡੀਆਂ ਕਹਿ ਲਓ ਜਾਂ ਕਹਿ ਲਓ ਜਿਨ੍ਹਾਂ ਦੇ ਵਿੱਚ H4 ਜਾਂ LEDਾਂ ਇੰਸਟਾਲ ਹੋ ਜਾਂਦੀਆਂ ਸੀਗੀਆਂ ਤਾਂ ਉਹ ਲਾਈਟ ਵੱਜ ਜਾਂਦੀ ਸੀ, ਹੁਣ ਹਰੇਕ ਨੇ ਲਾਈਟਾਂ ਵਧਾ ਲਈਆਂ, ਤਾਂ ਹੁਣ ਨਵੀਆਂ ਗੱਡੀਆਂ ਦੇ ਵਿੱਚ ਜਿਹੜੀਆਂ ਲਾਈਟਸ ਆਈਆਂ ਜਿੱਦਾਂ ਹਾਈ ਕ੍ਰੋਸ, ਕ੍ਰੇਟਾ, ਕ੍ਰਿਸਟਾ, ਇਹ ਸਾਰੀਆਂ ਗੱਡੀਆਂ ਦੇ ਵਿੱਚ ਹੁਣ ਲਾਈਟਸ ਨਹੀਂ ਪੈਂਦੀਆਂ, LEDਾਂ ਲੱਗ ਪਈ, ਫੋਰਚੂਨਰ ਦੇ ਵਿੱਚ ਆਲਰੇਡੀ LED ਆ ਰਹੀ ਹੈ, ਠੀਕ ਹੈ, ਹੁਣ ਕਸਟਮਰ ਨੂੰ ਲਾਈਟ ਘੱਟ ਲੱਗਦੀ ਹੈ LED ਦੀ, ਉਹਦੇ ਵਿੱਚ ਹੁਣ ਪਰਪਸ ਆ ਗਿਆ ਆਪਣੇ ਪ੍ਰੋਜੈਕਟਰਸ, ਫੋਗਲਾਈਟ ਪ੍ਰੋਜੈਕਟਰਸ, ਇਹ ਹਾਈ ਲੋ ਬੀਮ ਦੇ ਵਿੱਚ ਆਉਂਦੇ, ਇਹਦੇ ਵਿੱਚ ਸਾਡੇ ਕੋਲ ਬਹੁਤ ਵੱਡੀ ਰੇਂਜ ਅਵੇਲੇਬਲ ਹੁੰਦੀ ਹੈ, ਆਪਾਂ ਦਿਖਾ ਛੋਟੀ ਰਹੇ ਹਾਂ, ਇਹਦੇ ਵਿੱਚ ਕਾਫੀ ਅੱਛੀ ਰੇਂਜ ਹੁੰਦੀ ਹੈ। ਔਰ ਤੁਹਾਨੂੰ ਮੇਨ ਚੀਜ਼ ਦਿਖਾ ਦਈਏ, ਹਰੇਕ ਕਾਰ ਦੀਆਂ ਪ੍ਰੋਪਰ ਬ੍ਰੈਕਟਸ ਤੁਹਾਨੂੰ ਅਵੇਲੇਬਲ ਮਿਲ ਜਾਣਗੀਆਂ, 2-3 ਇੰਚੀ ਤੁਹਾਨੂੰ ਸਾਰੀਆਂ ਅਵੇਲੇਬਲ ਮਿਲ ਜਾਣਗੀਆਂ। ਤੁਸੀਂ ਦੇਖ ਸਕਦੇ ਕੀ ਆ ਸੈਲਟੋਸ, ਬਿਲਕੁਲ ਲੇਟੈਸਟ ਵਾਲੀ 2023, ਠੀਕ ਆ, ਆਹ ਤੁਹਾਡੇ ਹੱਥ ਦੇ ਵਿੱਚ ਹੈਗੀ ਆ ਇਲਾਈਟ 2020 ਮਾਡਲ, ਸਾਰੀਆਂ ਆਲਮੋਸਟ ਹੈਗੀਆਂ, ਹਾਂਜੀ, ਤੁਸੀਂ ਆਪਾਂ ਇਹ ਵੀ ਵਲੌਗ ਲੰਬਾ ਨਹੀਂ ਕਰਨਾ ਕਿਉਂਕਿ ਵਿਊਜ਼ ਬਾਅਦ 'ਚ ਕਹਿਣ ਲੱਗ ਜਾਂਦੇ ਆ, ਚੀਜ਼ਾਂ ਸਾਰੀਆਂ ਅਵੇਲੇਬਲ ਨੇ, ਆਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਗੱਡੀ ਹੈ, ਕਿਹੜੀ ਸਿਸਟਮ ਹੈ, ਇਹ ਮਿਲ ਸਾਰਾ ਕੁਛ ਜਾਊਗਾ ਇਸ ਟਾਈਮ ਮਾਰਕੀਟ 'ਚ, ਤੁਹਾਨੂੰ ਕਿਤੇ ਦੂਰ ਜਾਣ ਦੀ ਵੀ ਲੋੜ ਨਹੀਂ, ਤੁਹਾਡੇ ਆਪਦੇ ਸ਼ਹਿਰ ਹੁਸ਼ਿਆਰਪੁਰ 'ਚ ਹੀ ਮਿਲ ਜੂਗਾ, ਲਾਗੇ ਵਾਲੇ ਬੰਦੇ ਵੀ ਇੱਥੇ ਆ ਸਕਦੇ ਆ, ਜਿਹੜੇ ਜਲੰਧਰ ਵਗੈਰਾ ਜਾਂ ਦੂਰ ਨਹੀਂ ਜਾਂਦੇ ਹੈ ਨਾ, ਜਿਹੜਾ ਲੰਘਦਾ ਵੜਦਾ ਵੀ ਕੰਮ ਹੈ ਕਰਵਾ ਸਕਦਾ। ਹੁਣ ਇਹ ਫਿਰ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਆ ਪ੍ਰੋਜੈਕਟਰ? ਪ੍ਰੋਜੈਕਟਰਸ ਜੀ ਜਿਹੜਾ ਅੱਛੀ ਕੁਆਲਿਟੀ ਦਾ, ਮੇਰੇ ਕੋਲ ਬ੍ਰਾਂਡਡ ਹੀ ਹੁੰਦੇ ਆ, 2 ਇੰਚੀ ਪ੍ਰੋਜੈਕਟਰ 9.5-10 ਹਜ਼ਾਰ ਤੋਂ ਸ਼ੁਰੂ ਹੋ ਜਾਂਦਾ, ਉਹੀ ਰੇਂਜ ਹੈਗੀ ਹੈ ਤੁਹਾਡਾ ਜਿਹੜਾ
3 ਇੰਚੀ ਆ ਦੇ ਵਿੱਚ ਇੱਕ IPH ਪ੍ਰੋਜੈਕਟਰ ਆਂਦਾ ਹੈ, ਸਸਤੀ ਰੇਂਜ ਦੇ ਵਿੱਚ ਆਂਦਾ ਹੈ, ਮਤਲਬ 2500 ਦਾ ਸ਼ੁਰੂ ਹੋ ਜਾਂਦਾ ਹੋਵੇ ਉਹਦੇ ਵਿੱਚ, ਪਰ LED ਤੁਹਾਨੂੰ ਆਪਣੀ ਇੱਛਾ ਦੀ ਪਾਣੀ ਪੈਣੀ ਠੀਕ ਹੈ। ਸਿਰ ਕੇ ਬਈ ਇਹ ਫਰਕ ਨੇ, ਇਹ ਸੀਗਾ ਜਸਟ ਇੱਕ ਅਪਡੇਟ ਹੈ ਨਾ, ਜਿਹੜਾ ਕਿ ਸਾਡਾ ਮੇਜਰ ਤੁਹਾਨੂੰ ਦੱਸਣ ਦਾ ਸਾਡਾ ਮਕਸਦ ਸੀਗਾ ਕਿ ਇੱਥੇ ਸਾਰਾ ਕੁਝ ਮਿਲਦਾ ਹੈ ਤੁਹਾਨੂੰ, ਅੱਜ ਅਸੀਂ ਡਿਸਪਲੇ ਵੀ ਚੰਗੀ ਤਕੜੀ ਦਿਖਾਈ ਹੈ, ਇਸ ਕਰਕੇ ਤੁਸੀਂ ਉਸ ਚੀਜ਼ ਲਈ ਵਰੀ ਨਾ ਕਰਿਆ ਕਰੋ ਅਤੇ ਬਾਈ ਨੂੰ ਸਪੋਰਟ ਕਰੋ, ਤੁਹਾਡੀ ਸਪੋਰਟ ਨਾਲ ਹੀ ਬਾਈ ਦਾ ਸਟੋਰ ਵੀ ਵੱਡਾ ਹੋ ਜਾਣਾ ਠੀਕ ਹੈ, ਅਤੇ ਅਸੈਸਰੀ ਵੀ ਬਾਈ ਨੇ ਵਧਾ ਲਈ ਹੈ ਨਾ, ਲਾਸਟ ਟਾਈਮ ਨਾਲ ਆਪਣੀ ਵੱਧ ਗਈ ਹੈ ਨਾ, ਕਿਉਂਕਿ ਤੁਸੀਂ ਆਉਣ ਲੱਗ ਗਏ, ਚੀਜ਼ਾਂ ਲੱਗਣ ਲੱਗ ਗਈਆਂ, ਅਸੀਂ ਮੰਗਵਾਉਣ ਲੱਗ ਗਏ ਹੈ ਨਾ, ਜਿਹੜੀ ਗੱਲ ਹੋ ਗਈ ਹੈ ਨਾ, ਅਤੇ ਇਸ ਕਰਕੇ ਬਾਈ ਪਿਆਰ ਦਿਓ, ਕੋਈ ਕੁਛ ਚੀਜ਼ ਮੇਰੇ ਵਿਊਵਰਸ ਨੂੰ ਕਹਿਣਾ ਚਾਹੁੰਦੇ ਹੋ, ਕੁਛ ਹੋਰ ਨਹੀਂ, ਬਸ ਤੁਸੀਂ ਇੱਕ ਓਰਿਜਨਲ ਚੀਜ਼ ਤਾਂ ਇੱਕ ਡੁਪਲੀਕੇਟ ਚੀਜ਼ ਨੂੰ ਜ਼ਰੂਰ ਅਵੇਅਰਨੈਸ ਰੱਖੋ, ਜੋ ਅਸੀਂ ਪ੍ਰਾਈਸ ਸਾਡੇ ਤੋਂ ਕਨਫਰਮ ਹੁੰਦਾ, ਅਸੀਂ ਜ਼ਿਆਦਾਤਰ ਓਰਿਜਨਲ ਚੀਜ਼ ਦਾ ਪ੍ਰਾਈਸ ਦਿੰਦੇ ਹਾਂ। ਕਈ ਵਾਰੀ ਕੋਈ 2-4-500 ਰੁਪਏ ਦਾ 1000 ਦਾ ਵੀ ਫਰਕ ਹੋ ਸਕਦਾ, ਹਾਂ ਉਹਦਾ ਵੀ ਇੱਕ ਚੀਜ਼ ਸਮਝਣੀ ਪਊਗੀ, ਕਈ ਵਾਰੀ ਵਿਊਰ ਕਹਿੰਦਾ ਕਿ ਯਾਰ ਇਹ ਚੀਜ਼ ਲੁਧਿਆਣੇ ਜੀ ਇਹ ਜੀ 2500 ਦੀ ਮਿਲਦੀ ਹੈ, ਇੱਥੇ ਤੁਹਾਡੇ ਕੋਲ 3000 ਦੀ ਹੈ ਜਾਂ 3500 ਦੀ, ਹੁਣ ਇੱਕ ਗੱਲ ਇਹ ਵੀ ਸਮਝੋ ਕਿ 3000 ਰੁਪਇਆ 2500 ਦੀ ਚੀਜ਼ ਲੈਣ ਵਾਸਤੇ ਤੁਸੀਂ 2000 ਦਾ ਤੇਲ ਫੂਕ ਕੇ ਵੀ ਤਾਂ ਜਾਓਗੇ ਠੀਕ ਹੈ, ਹਾਂ ਕਿਸੇ ਨੇ ਘੁੰਮਣ ਜਾਣਾ ਗੱਲ ਹੋਰ ਹੈ, ਪਰ ਇਸ ਕਰਕੇ 500-700 ਰੁਪਇਆ ਮੈਂ ਇਹਦੇ 'ਚ ਮੇਰੇ ਕੋਲ ਪੈਸਿਆਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਹਰੇਕ ਦੀ ਆਪੋ ਆਪਣੀ ਡੀਲਿੰਗ ਹੈ ਹੈ ਨਾ, ਕਿਸੇ ਨੂੰ ਠੀਕ ਹੈ, ਹੁਣ ਜਿੱਦਾਂ ਕੋਈ ਚੀਜ਼ ਵੱਧ ਵਿਕਣ ਲੱਗ ਜਾਂਦੀ ਹੈ, ਕਿਉਂਕਿ ਵੱਧ ਆਉਂਦੀ ਹੈ, ਉਹ ਫਰਕ ਪੈਂਦਾ ਵਾ, ਅਤੇ ਕਈ ਵਾਰੀ ਕਹਿੰਦੇ ਮਹਿੰਗੇ ਸਸਤੇ ਰੇਟ 'ਚ ਵੀ ਲਈ ਹੁੰਦੀ ਹੈ, ਇਸ ਕਰਕੇ ਉਹ ਚੀਜ਼ਾਂ 'ਤੇ ਨਾ ਬੈਸਿਆ ਕਰੋ, ਹਾਂ ਚੀਜ਼ ਦੀ ਕੁਆਲਿਟੀ 'ਤੇ ਜਾਇਆ ਕਰੋ, ਕੰਮ 'ਤੇ ਜਾਇਆ ਕਰੋ, ਬਾਕੀ ਉਹ ਕੰਪਨੀ ਨੇ ਚੀਜ਼ ਆਪਣੀ ਬਣਾਈ ਹੈ, ਆਪਣੇ ਤਰੀਕੇ ਨਾਲ ਚੱਲ ਰਹੀ ਹੈ, ਉਹਦੇ 'ਚ ਸਾਡਾ ਇਹਨਾਂ ਦਾ ਕੋਈ ਰੋਲ ਨਹੀਂ ਹੁੰਦਾ ਠੀਕ ਹੈ, ਅਤੇ ਇਸ ਕਰਕੇ ਇਹ ਚੀਜ਼ ਸੀਗੀ, ਅਤੇ ਬਾਈ ਆਪਾਂ ਕਿੰਨੇ ਤੋਂ ਕਿੰਨੇ ਅਵੇਲੇਬਲ ਹੈ, ਅਤੇ ਕਿੱਦਣ ਆਫ ਹੁੰਦੀ ਹੈ ਦੁਕਾਨ? ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਅਵੇਲੇਬਲ ਹੈ, ਤਾਂ ਸੰਡੇਜ਼ ਨੂੰ ਅਸੀਂ ਹੈਗੇ ਹਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 3:30-4 ਵਜੇ ਤੱਕ, ਲਾਸਟ ਸੰਡੇ ਮੰਥ ਦਾ ਔਫ ਹੁੰਦਾ ਸਾਡਾ, ਔਫ ਹੁੰਦਾ ਠੀਕ ਹੈ, ਅਤੇ ਬਾਕੀ ਬਾਈ ਸਾਰਾ ਕੁਛ ਅਵੇਲੇਬਲ ਹੋ ਜੂਗਾ ਇੱਥੇ, ਸਾਰਾ ਕੁਛ ਮਿਲਦਾ, ਤੁਸੀਂ ਕਰੰਟ ਆ ਸਕਦੇ ਹੋ ਠੀਕ ਹੈ, ਜਿਹੜੀ ਵੀ ਗੱਡੀ ਤੁਹਾਡੇ ਕੋਲ ਹੈਗੀ ਹੈ, ਅਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੋਗ, ਕੋਈ ਚੀਜ਼ ਰਹਿ ਗਈ ਹੋਊ ਬਾਈ ਨੂੰ ਕਾਲ ਕਰ ਲਿਓ, ਉੱਥੇ ਗੱਲ ਕਰ ਲਿਓ, ਵਟਸਐਪ ਕਰ ਲਿਓ ਠੀਕ ਹੈ, ਕੋਈ ਫੋਟੋ ਭੇਜ ਲਿਓ, ਸਭ ਕੁਛ ਇੱਥੇ ਲੋਕਲੀ ਅਵੇਲੇਬਲ ਹੋ ਜੂਗਾ, ਨਹੀਂ ਹੋਊ ਤਾਂ ਇੱਕ ਅੱਧੇ ਦਿਨ 'ਚ ਹੋ ਜੂਗਾ ਠੀਕ ਹੈ, ਉਹ ਕਰਾ ਦੇਣਗੇ ਬਾਈ ਹੋਣੀ, ਕਿਉਂਕਿ ਬਾਈ ਹੋਣਾਂ ਦਾ ਬੱਸਾਂ ਆਉਂਦੀਆਂ ਜਾਂਦੀਆਂ, ਰਹਿੰਦਾ ਸਾਰਾ ਕੁਛ ਸਿਸਟਮ, ਅਤੇ ਵਲੋਗ ਚੈਨਲ ਜ਼ਰੂਰ ਫੋਲੋ ਕਰ ਲਿਓ, ਬਾਕੀ ਜ਼ਿਆਦਾ ਅਪਡੇਟ ਲਈ ਅਸੀਂ ਕਲੈਬੋਰੇਸ਼ਨ 'ਚ ਰੀਲ ਇੰਸਟਾਗ੍ਰਾਮ 'ਤੇ ਪਾਈਆਂ ਨੇ, ਬਾਈ ਨੂੰ ਫੋਲੋ ਕਰ ਲਿਓ ਉੱਥੇ, ਕਿਉਂਕਿ ਬਾਈ ਵੀ ਉੱਥੇ ਅਪਡੇਟ ਪਾਉਂਦੇ ਰਹਿੰਦੇ ਆ, ਅਤੇ ਮਿਲਦੇ ਆ ਹੋਰ ਤੁਹਾਨੂੰ ਨਵਾਂ ਇੱਦਾਂ ਦੇ ਵੀਡੀਓਜ਼ ਲੈ ਕੇ, ਜੇ ਤੁਸੀਂ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ, ਥੈਂਕ ਯੂ ਸੋ ਮੱਚ, ਬਾਏ, ਟੇਕ ਕੇਅਰ।